ਨਾ ਦੇਖ ਲੈ ਇੱਥੇ ਕਿਹੜਾ ਵੇਲਾ ਕਰਤਾ ਹਲੇ ਇਹਨਾਂ ਦੀ ਤਿਆਰੀ ਨਹੀਂ ਹੋਈ ਵੇ ਜਵਾਕੋ ਆਜੋ ਭਾਈ ਨਿਕਲੋ ਬਾਹਰ ਕਉਦੋਂ ਜਾਵਾਂਗੇ ਜਦ ਵਗਲੇ ਨੇ ਕੁੜੀ ਤੋਰਤੀ ਬੀਬੀ ਜਾਣੇ ਆ ਜੇ ਹੁਣ ਇਹ ਤਿਆਰ ਹੋ ਫੇਰ ਹੀ ਤੁਰਾਂਗੇ ਵੇ ਭਾਈ ਇਹੇ ਜੀ ਕਹੇ ਜੀ ਤਿਆਰੀ ਆਏਗੀ ਦੋ ਘੰਟੇ ਹੋ ਗਏ ਸਾਨੂੰ ਅੰਦਰ ਬੜਿਆਂ ਨੂੰ ਕਹਾ ਅਗਲਾ ਡਿੱਕੀ ਜਾਂਦਾ ਹੈਗਾ ਐ ਆਦੇ ਹੁਣ ਕਿ ਖਾਨੀ ਸੱਸ ਸਹੁਰਾ ਨਹੀਂ ਘਰੋਂ ਤੋੜਦੇ ਅਮਾ ਆ ਕੱਪੜੇ ਜੇ ਪ੍ਰੈਸ ਕਰਕੇ ਪਾਉਣ ਲੱਗੀ ਤੈਨੂੰ ਪਤਾ ਫਿਰ ਉਥੇ ਰਾਤ ਲਾਵਾਂਗੇ ਚਲ ਮੈਂ ਹ ਲੈ ਜੰਨੇ ਦੋ ਦੋ ਸੂਟ ਤਾਂ ਬਸ ਬਸ ਹੋ ਗਿਆ ਤਿਆਰ ਚਲੋ ਚੱਲੀਏ ਕੱਪੜੇ ਤਾਂ ਲੈ ਜੋ ਹੁਣ ਐ ਕਿਹੜਾ ਉੱਥੇ ਦਾਈ ਦੇ ਹੱਥ ਲਾ ਕੇ ਆਉਣਾ ਕੋਈ ਨਾ ਰਹੇ ਜੇ ਔਰ ਆਤ ਤਾਂ ਤੇ ਫਿਰ ਬਈ ਐ ਹੋ ਜਾਂਦਾ ਅਗਲੇ ਨੂੰ ਵੀ ਤੁਰਤ ਦੀ ਤੁਰਤ ਆਏ ਨੇ ਰਹੇ ਨਹੀਂ ਮਾਰੋ ਭੱਜੋ ਭੱਜੀ ਹੋ ਰਹੀ ਹੈਗੀ ਕੋਈ ਨਾ ਰਹੇ ਜੋ ਕੱਪੜੇ ਕੱਲ ਪ੍ਰੈਸ ਕਰਨੇ ਸੀ ਤਾਂ ਉਹੋ ਬੀਬੀ ਸਾਰਾ ਕੁਝ ਪ੍ਰੈਸ ਕਰਕੇ ਰੱਖਿਆ ਹੋਇਆ ਸੀ ਐਨ ਟਾਈਮ ਤੇ ਕਹਿ ਦਿੰਦੇ ਨੇ ਆ ਨਹੀਂ ਆ ਕੱਪੜੇ ਲੈ ਕੇ ਜਾਣੇ ਐ ਫਿਰ ਹੁਣ ਮੈਂ ਕੀ ਕਰਦੀ ਮੈਨੂੰ ਤਾਂ ਪ੍ਰੈਸ ਕਰਨੇ ਪੈਣੇ ਸੀ ਚੱਲ ਕੋਈ ਨਾ ਫਿਰ ਭੱਗ ਜੋ ਹੁਣ ਟਾਈਮ ਨਾ ਲਾਉ ਪੁੱਤ ਹਾਂ ਕੋਈ ਨਹੀਂ ਚਲ ਉਹ ਤਾਂ ਕਿਹਾ ਤਾਂ ਬੀਬੀ ਸੁਣਨੂ ਵੀ ਸੀ ਉਹਨਾਂ ਨੇ ਵੀ ਆ ਜਾਂਦੇ ਪੈਲਸ 'ਚ ਪੁੱਤ ਕਹਿੰਦਾ ਤਾਂ ਅਗਲਾ ਹੁੰਦਾ ਹੀ ਹੈਗੀ ਸਾਰੇ ਟੱਬਰ ਨੂੰ ਹੀ ਕਹਿੰਦਾ ਪੁੱਤ ਸਾਰੇ ਟੱਬਰ ਨੇ ਕੀ ਕਰਨਾ ਹੁੰਦਾ ਤੇਰੇ ਸਹੁਰਿਆਂ ਦੇ ਵਿਆਹ ਹੈਗਾ ਨਣ ਸਹੁਰਿਆਂ ਦੇ ਗਾਹਾਂ ਤੇ ਤੂੰ ਜਾ ਸੋਡਾ ਹੱਕ ਬਣਦਾ ਦੋਏ ਜੀਆਂ ਦਾ ਚੱਲੀਏ ਫਿਰ ਭੱਗ ਜੋ ਆ ਜਾ ਹੋਰ ਜਾਓ ਚੰਗਾ ਚੰਗਾ ਭੱਗ ਜਾ ਕੀ ਅੱਜ ਕੱਲ ਦੇ ਜਵਾਕਾਂ ਨਹੀਂ ਤਿਆਰੀਆਂ ਹੀ ਨਹੀਂ ਲੋਟ ਆਉਂਦੀਆਂ ਟੋਰਟੋ ਦੀ ਟੋਰਟਵਿਨੀ ਤਿਆਰ ਹੁੰਦੇ ਲੈ ਫੜ ਚਾਹ ਪੀਲਾ ਕੁੱਟਾ ਉਹ ਥੱਲੇ ਤਰਦੇ ਤੱਤੀ ਹੂਏ ਜੇ ਲੈ ਥੱਲੇ ਤਰ ਲੈ ਆ ਪਈਏ ਚੰਗਾ ਤਰਦੇ ਕੋਈ ਨਹੀਂ ਤੇ ਬਾਗੇ ਜਬਾਹ ਜੇ ਹਾਂ ਬਾਗੇ ਕੀ ਬੋਲੀ ਜਾਂਦੇ ਸੀ ਬੋਲਣਾ ਤਾਂ ਕੀ ਸੀ ਉਹਨਾਂ ਨੇ ਤੋਰ ਕੇ ਹਟੀਆਂ ਉਹਨਾਂ ਨੂੰ ਫਿਰ ਕੀ ਕਹਿਗੇ ਆਉਣਗੇ ਅਥਨ ਨੂੰ ਮੁੜ ਕੇ ਨਾ ਅਥਨ ਨੂੰ ਤਾਂ ਕਿੱਥੋਂ ਆਉਣਗੇ ਕੋਈ ਨਾ ਮਸਾ ਜਾਇਆ ਜਾਂਦਾ ਮਹਾਰਾਜ ਜੋ ਭਾਈ ਉਹ ਤਾਂ ਸੰਗ ਆਪਾਂ ਨੂੰ ਵੀ ਕਹਿੰਦੇ ਸੀ ਅੱਥਨ ਨੂੰ ਕਿੱਥੋਂ ਮੁੜਿਆਉਣਗੇ ਕਿ ਵੀ ਤੁਸੀਂ ਵੀ ਚੱਲੋ ਮਹਾਨਾ ਪੁੱਤ ਸਾਡਾ ਨਹੀਂ ਹੱਕ ਬਣਦਾ ਗਾ ਤੇਰੇ ਨਾਲ ਸਹੁਰੇ ਵਿਆਹ ਹੈ ਮੁੰਡੇ ਨੂੰ ਆਖਿਆ ਤੁਸੀਂ ਜਾਓ ਜਵਾਕਾਂ ਦਾ ਵਿਆਹ ਹੁੰਦਾ ਹੈ ਹੱਸਣ ਖੇਡਣ ਇਕੱਠੀਆਂ ਮਸਾਂ ਹੁੰਦੀਆਂ ਨੇ ਸਾਰੀਆਂ ਮਾਮੇ ਭੂਆ ਦੀਆਂ ਕੁੜੀਆਂ ਤੇ ਚੱਲ ਭਾਈ ਤੁਸੀਂ ਜਾਓ ਪਾ ਮਮਾ ਇੱਕ ਦਿਨ ਲਾਇਓ ਚਾਹੇ ਦੋ ਦਿਨ ਲਾਇਓ ਆਪਾਂ ਤਾਂ ਕੁਛ ਨਹੀਂ ਕਹਿੰਦੇ ਹੈਗੇ ਕੰਮ ਦੀ ਸੋਚ ਨਾ ਕਰਿਓ ਅਸੀਂ ਘਰ ਆਪੀ ਸੰਭਲਾਂਗੇ ਆਹੋ ਫਿਰ ਸਾਰਿਆਂ ਦੇ ਜਾਏ ਤੂੰ ਕਿੱਥੇ ਸਰਦਾ ਹੈ ਘਰੇ ਡੰਗਰ ਪੱਛਾ ਵੀ ਸਾਹਮਣਾ ਹੈ ਹੋਰ ਅਹੀਂ ਤਾਂ ਮੈਂ ਕਹਿ ਨਹੀਂ ਆ ਚੱਲ ਉਹਨਾਂ ਨੇ ਵੀ ਮਾਨਤਾ ਨਾ ਕੀਤਾ ਵਧੀਆ ਸੱਦੀ ਐ ਗਾਹਾਂ ਆਪਾਂ ਨੂੰ ਵੀ ਕਹਿ ਕੇ ਗਏ ਉਹਨਾਂ ਦਾ ਤਾਂ ਫਰਜ਼ ਬਣਦਾ ਸੀ ਕਹਿਣ ਦਾ ਨਾਲੇ ਦੇਖਣਾ ਜਵਾਖੜੀ ਦੇ ਮਾਪਿਓ ਹੈਗਾ ਹੈ ਉਹ ਆਪ ਵੀ ਵੇਖਣਾ ਹੁੰਦਾ ਫਿਰ ਕਹਿਣਾ ਤਾਂ ਅਗਲਾ ਸਾਰੇ ਡੱਬਰ ਨਹੀਂ ਹੁੰਦਾ ਹਾਂ ਉਹੀ ਤਾਂ ਗੱਲ ਆ ਫਿਰ ਨਾਨਕੇ ਆਏ ਹੋ ਜਾਂਦਾ ਗਾ ਵੀ ਚੱਲ ਸਾਡੇ ਧੀ ਜਮਾਈ ਹੈ ਨਹੀਂ ਗਾਹਾਂ ਦੋਤੇ ਦੋਤੀਆਂ ਨੂੰ ਸਾਰਿਆਂ ਨੂੰ ਸੱਦ ਲਈਏ ਚਲੋ ਵਧੀਆ ਕੀਤਾ ਬਾਗੇ ਹੋਰ ਜਾਓ ਭਾਈ ਮਹਾ ਬਗ ਜੋ ਦੋ ਦਿਨ ਕਰੇ ਨਾ ਸੋਚ ਕਰਿਓ ਅਸੀਂ ਆਪੇ ਸਾਮ ਲਾਂਗੇ ਘਰ ਤਾਂ ਕੀ ਹੁੰਦਾ ਇੱਥੇ ਦੋ ਵੀ ਫਿਰੀ ਜਾਣੇ ਇੱਕ ਵੀ ਫਿਰੀ ਜਾਣੇ ਚਲੋ 9 10 11 12 13 14 15 ਕੀ ਕਰੀ ਜਾਨੀ ਐ 17 ਆਹੋ ਸਹੀ ਪੈਸੇ ਜੇ ਗੰਦੀ ਸੀਗੀ ਮੈਂ ਉਹਨਾਂ ਨੂੰ ਫਿਰ ਨਹੀਂ ਆਉਂਦਾ ਨਹੀਂ ਦੇਣਾ 11000 ਰੁਪਿਆ ਅੱਛਾ ਆ ਕੀ ਦਾ ਸੂਟ ਐ ਉਹ ਦੀ ਨਿਗੇ ਆ ਕੁੜੀ ਦੇ ਨਿਗੇ ਦੋਵੇਂ ਦੋ ਸੂਟ ਲਿਆ ਤੇ ਸੋਨੂੰ ਮੈਂ ਕਹਾਂ 11000 ਰੁਪਿਆ ਦੇ ਦਾਂਗੇ ਬਾਕੀ ਆਪਣੇ ਤੁਹਾਨੂੰ ਪਤਾ ਸਾਗਣ ਸਲਾਮੀਆ ਚ ਵੀ 5-4000 ਰੁਪਏ ਲੱਗ ਜਾਊਗਾ ਹੁਣ ਕਿਹੜਾ ਆਏ ਵੀ ਇੱਕ ਵਾਰੀ ਸਲਾਮੀ ਪਾਉਂਦੇ ਨੇ 18-18 ਸਲਾਮੀਆ ਪਾਉਂਦਾ ਅਗਲਾ ਉਹ ਚੱਲ ਕੋਈ ਨਹੀਂ ਜੇ 5-4000 ਰੁਪਇਆ ਵੱਧ ਲੱਗ ਜੂਗਾ ਕੋਈ ਫਰਕ ਨਹੀਂ ਪੈਂਦਾ ਧੀ ਧਿਆਣੀ ਦਾ ਕੰਮ ਹੈ ਮੈਂ ਤਾਂ ਐ ਸੋਚਦੀ ਸੀ ਫਿਰ ਉਹ ਵੀ ਚੱਲ ਪੂਰੇ ਜੇ ਪੈਸੇ ਲੈ ਜਾਂਨੇ ਆ ਫਿਰ ਚੱਲਾ ਸਾਰੇ ਲੈ ਜਾਂਨੇ ਤੁਸੀਂ ਪਾ ਲਓ ਜੇਬ ਚ 11000 ਉਹਨਾਂ ਨੂੰ ਅਗਲੇ ਨਿਉਂਦੇ ਦਾ ਫੜਾ ਦਿਓ ਬਾਕੀ ਚੱਲ ਫਿਰ ਮੁੜੇ ਆਉਣਗੇ ਹਨਾ ਉਹ ਚੱਲ ਕੋਈ ਨਹੀਂ ਦੇਖੀ ਜਊ ਜਿੰਨੇ ਲੱਗ ਜਾਣਗੇ ਲੱਗ ਜਾਣਗੇ ਕੋਈ ਨਹੀਂ ਵਿਆਹਾਂ ਦੇ ਕੰਮ ਤਾਂ ਫਿਰ ਇਹੇ ਜੀ ਹੁੰਦੇ ਨੇ ਜਾਂ ਫਿਰ ਐ ਕਰ ਤੂੰ ਮੈਨੂੰ ਫੜਾ ਦੇ ਤੂੰ ਆਪ ਦੇ ਜੇਬ ਚ ਘੱਟ ਪਾ ਲੈ ਐਵੇਂ ਉੱਥੇ ਪੈਗ ਪੁੱਗ ਲਾ ਲਿਆ ਕੀ ਪਤਾ ਸੱਟ ਦੇ ਪੈਸੇ ਚੱਲ ਕੋਈ ਨਹੀਂ ਅੱਗੇ ਮੈਂ ਕਿੰਨੇ ਕੁ ਸਿਰ ਤੇ ਪੈਸੇ ਪੈਸੇ ਤੂੰ ਰੱਖਣੇ ਨੇ ਉਹੀ ਰੱਖ ਲੈ ਕੋਈ ਨਹੀਂ ਨਾ ਉਂ ਰੱਖਣ ਵਾਲੀ ਗੱਲ ਨਹੀਂ ਮੈਨੂੰ ਆਇਆਂਗਾ ਫਿਰ ਮੈਂ ਨੁਕਸਾਨ ਕਰਨ ਦਾ ਆਈڈیا ਥੋੜੂਆ ਕੋਈ ਉੱਥੇ ਕਿਹੜਾ ਫਿਰ ਸੁਣਦੇ ਹੋਗੇ ਜੇ ਮਾੜੀ ਜੀ ਕੋਈ ਆਵਾਜ਼ ਮਾਰ ਕੇ ਕਹਿੰਦਾ ਵੀ ਭਾਈ ਬੈਗ-ਪੋਗ ਘੱਟ ਲਾਓ ਫਿਰ ਵੀ ਤੁਸੀਂ ਤਾਂ ਉੱਥੇ ਮੇਰ ਗੱਲ ਪੈਣੀ ਚੱਲ ਚੰਗਾ ਬਾਬਾ ਫਿਰ ਮੈਂ ਤਾਂ ਫੜਾਤੇ ਤੈਨੂੰ ਮੈਂ ਤਾਂ ਕੋਈ ਗੱਲ ਹੀ ਨਹੀਂ ਕਹੀ ਕਿੰਨਾ ਕੁ ਟਾਈਮ ਲੱਗੂਆ ਹੁਣ ਤੁਰਗੀ ਆਪਾਂ ਹਾਂ ਤੁਰਦੇ ਆ ਫਿਰ ਮੂੰਹ じゃ ਕੇ ਮੋਟਾ ਕੀਤਾਗਾ ਓ ਲੈ ਕਹਿੰਦੀ ਮੂੰਹ ਮੋਟਾ ਕੀਤਾ ਮੈਂ ਤਾਂ ਤੇਰੇ ਨਾਲ ਗੱਲ ਕਰੀ ਜੰਨਾ ਕੋਈ ਮੂੰਹ ਨਹੀਂ ਮੋਟਾ ਕੀਤਾ ਮੈਂ ਤਾਂ ਆਹੋ ਚਲ ਕੋਈ ਗੱਲ ਨਹੀਂ ਫਿਰ ਮੈਂ ਆਪਦੇ ਬਾਅਦ ਸੱਚੀ ਪਾਣੀ ਠੀਕ ਹੈ ਹਾਂ ਆਪਣੀ ਉਧਰੋਂ ਉਹ ਫੋਨ ਤਾਂ ਨਹੀਂ ਆਇਆ ਅੰਜਲੀ ਰਜਾ ਜੱਲ ਪਈ ਉਹ ਉਹ ਤਾਂ ਤੁਰਪੇ ਹੋਣਗੇ ਬਾਈ ਹਾਂ ਵਾਵਾ ਟਾਈਮ ਡਾਊਨ ਤਾਂ ਕਿਹਾ ਹੋਇਆ ਸੀ ਨੂੰ ਕਹਿੰਦੀ ਸੀ ਕਹਿੰਨੀ ਭਾਬੀ ਅਸੀਂ ਬਸ ਤੁਰਦੇ ਆਂਗੇ ਹਾਂ ਉਹਦੀ ਸੱਸਰ ਟਾਈਮ ਦੀ ਪਾਬੰਦ ਹੈ ਉਹ ਨਹੀਂ ਉਹਨਾਂ ਨੂੰ ਰੋਕਣ ਦਿੰਦੀ ਹੈਗੀ ਉਹਨੇ ਤਾਂ ਤੋਰਤੇ ਹੋਣੇ ਵਿਚਾਰੀ ਨੇ ਹਾਂ ਹਾਂ ਨਾ ਉਹਦੀ ਸੱਸ ਨਹੀਂ ਆਉਂਦੀ ਉਹ ਨਹੀਂ ਆਉਂਦੀ ਮੈਨੂੰ ਲੱਗਦਾ ਕਹਿੰਦੀ ਸੀ ਆਪਣੀ ਕੁੜੀ अच्छा हां चल कोई नहीं फिर ठीक है।, थी? है मैं है। मैं ਇੱਥੇ ਡੂੰਗੇ ਜੇ ਕਰਕੇ ਪਾ ਲੈਣੀ ਐਵੇਂ ਕੋਈ ਕੱਟ ਵੀ ਨਾ ਲਵੇ ਚਲ ਕੋਈ ਨਹੀਂ ਤੇ ਉਹ ਮੈਂ ਕਹਿੰਦਾ ਸੀ ਮੇਰੇ ਕਾਲੇ ਬੂਟ ਕਿੱਥੇ ਪਏ ਨੇ ਕਾਲੇ ਬੂਟ ਉਧਰ ਹੀ ਪਏ ਨੇਗੇ ਰੈਕ 'ਚ ਹੀ ਚਲ ਠੀਕ ਹੈ ਮੈਂ ਪਾਲਾਂ ਬੂਟ ਫੇਰ ਆ ਜਾ ਕਰ ਚਲ ਠੀਕ ਆ ਆਪ ਤਾਂ ਤਿਆਰ ਨਹੀਂ ਮੈਨੂੰ ਕਰੀ ਜਾਨੇ ਉਹ ਤਿਆਰ ਆ ਮੈਂ ਚਲ ਕਾਟੇ ਜੀ ਤਾਂ ਉੱਥੇ ਜਾ ਕੇ ਪਾ ਲੂੰਗੀ ਮੈਂ ਦੂਜੇ ਤਾਂ ਆਹੀ ਪਾ ਜਾਨੀ ਔਰ ਤਾਂ ਲੈ ਚੱਲੀ ਮੇਰੇ ਕਰਮਾ ਚਤਾਹੀ ਹੈ ਬੇ ਮੜਾ ਮੜਾ ਬਾਰ ਵੀ ਓਟਕੇ ਦੇਹ ਲੈ ਕਰ ਸਾਰਾ ਦਿਨ ਹੀ ਪਿਆਰ ਇਹਨੇ ਤੇ ਮੰਜੇ ਨਾਲ ਲੱਗਾ ਰਹਿਣਾ ਓ ਕੀ ਹੋ ਗਿਆ ਬਾਹਰ ਹੋਣਾ ਕੀ ਐ ਲੋਕ ਤੇ ਲੈ ਤਿਆਰ ਹੋ ਕੇ ਤੁਰੇ ਫਿਰਦੇ ਨੇ ਇੱਕ ਮائیں ਆ ਕਮਾਲ ਦੀ ਗੱਲ ਆ ਕਿਹੜਾ ਵਿਸਾਖੀ ਦਾ ਮੇਲਾ ਆ ਕਿ ਤਿਆਰ ਹੋ ਕੇ ਲੋਕ ਤੁਰੇ ਫਿਰਦੇ ਆ ਤੈਨੂੰ ਤਾਂ ਕੁਛ ਨਹੀਂ ਦੇਖਦਾ ਤੂੰ ਤਾਂ ਸਾਰਾ ਦਿਨ ਮੰਜੇ ਨਾਲ ਲੱਗਾ ਰਹਿਣਾ ਮੇਰੀ ਗੱਲ ਸੁਣ ਲੈ ਆ ਹਰਜੀਤ ਦੀ ਬਹੂ ਤਿਆਰ ਹੋ ਕੇ ਐ ਡੇਡੇ ਕਾਂਟੇ ਪਾ ਰੱਖੇ ਨੇ ਐਡਾ ਸੋਹਣਾ ਸੂਟ ਪਾ ਰੱਖਿਆ ਗੱਡੀ 'ਚ ਵੀ ਅਗਲੀ ਬਾਹਰੋਂ ਆ ਕੇ ਚੜੀਏਗੀ ਲੈ ਤੂੰ ਟੌਰ ਕੱਢ ਲਿਆ ਕਰ ਤੈਨੂੰ ਕਿਸੇ ਨੇ ਰੋਕਿਆ ਅੱਛਾ ਮੈਂ ਕਿਥੋਂ ਟੌਰ ਕੱਢ ਲਿਆਗਾ ਸਾਰੇ ਦਿਨ ਤੂੰ ਮੰਜੇ ਨਾਲ ਜੁੜਿਆ ਜਨ ਕੋਈ ਪੈਸਾ ਲਿਆਏਗਾ ਤਾਂ ਹੀ ਟੌਰ ਕੱਢੂੰਗੀ ਓਏ ਪੈਸੇ ਨਾਲ ਟੌਰ ਨਹੀਂ ਨਿਕਲਦੀ ਹੁੰਦੀ ਆਠ ਆਠ ਦਿਨ ਤਾ ਤੂੰ ਨਾਉਂਦੀ ਨਹੀਂ ਹੈਗੀ ਮੇਰਾ ਕਿਹੜਾ ਜੀ ਨਹੀਂ ਕਰਦਾ ਵੀ ਤੈਨੂੰ ਝਾਂਜਰਾ ਕਢਾ ਦਿਆਂ ਮਨਮਨ ਦਾ ਗਿੱਟਿਆਂ ਦੇ ਮੈਲ ਹੁੰਦੀ ਆ ਤੇਰੇ ਅੱਛਾ ਤੂੰ ਐ ਕਰ ਫਿਰ ਮੈਨੂੰ 20000 ਲਿਆ ਕੇ ਦੇ ਫਿਰ ਦੇਖੀ ਵੀ ਉਹੀ ਸੋਹਣੀ ਆ ਇਹ ਓਏ 20000 ਨਾਲ ਤਾਂ ਇਹ ਤੈਨੂੰ ਮੈਂ ਲੱਖ ਰੁਪਇਆ ਲਿਆ ਕੇ ਦੇ ਦਿਆਂ ਤੂੰ ਨਹੀਂ ਵਧੀਆ ਬਣ ਸਕਦੀ ਨਹੀਂ ਟੌਰ ਕੱਟ ਸਕਦੀ ਤੂੰ ਉਹੀ 2 300 ਵਾਲਾ ਸੂਟ ਪਾਉਣਾ ਜਹੇ ਤੈਨੂੰ ਲੱਖਾਂ ਰੁਪਇਆ ਲੈ ਕੇ ਦੇ ਦਿਆ ਮੈਂ ਤੂੰ ਵਧੀਆ ਬਣੀ ਨਹੀਂ ਸਕਦੀ ਮੇਰੇ ਘਰਾਂ ਵਿੱਚ ਤੂੰ ਜੋ ਬੁੱਝ ਧਰਿਆ ਹੋਇਆ ਸੀਗਾ ਤਾਂ ਮੈਂ ਕਿੱਥੇ ਬਣ ਸਕਦੀ ਐਗੀ ਓ ਗੱਲ ਸੁਣ ਲੈ ਮੈਂ ਤਾਂ ਟੜਕੇ ਉੱਠ ਕੇ ਨਾਉਣਾ ਤੂੰ ਨਾ ਉਦੀ ਨਹੀਂ ਤੌਂਦੇ ਨੇ ਓਵੇਂ ਗੋਹੇ ਗਾਹੇ ਵਾਲੇ ਹੱਥਾਂ ਹੱਥਾਂ ਨਾਲ ਐਂ ਤਰੀ ਫਿਰਦੀਆਂ ਤੂੰ ਅੱਛਾ ਲੋਕਾਂ ਨੇ ਆਪਣੀਆਂ ਤੀਵੀਆਂ ਨਾ ਐ ਰਾਣੀਆਂ ਵਾਂਗੂ ਰੱਖ ਰੱਖਿਆ ਨੇ ਤੇਰੇ ਵਾਂਗੂ ਨੂੰ ਸਾਰਾ ਦਿਨ ਗੋਹਾ ਚਾ ਸੱਟ ਲੈ ਕੂੜਾ ਸੱਟ ਲੈ ਲੰਗਰ ਪਕਾ ਲੈ ਆਈ ਜੋ ਅੰਮਾ ਜੋਗੀ ਰਹਿ ਗਈ ਮੈਂ ਤਾਂ ਇਹ ਗੱਲ ਸੁਣ ਜਿਹੜੀਆਂ ਟੌਰ ਕੱਢਦੇ ਨੇ ਕੰਮ ਉਹ ਵੀ ਕਰਦੀਆਂ ਨੇ ਪਤਾ ਹੀ ਆਪਦੇ ਟਾਈਮ ਨਾਲ ਉੱਠਦੀਆਂ ਨੇ ਟਾਈਮ ਨਾਲ ਕੰਮ ਨਿਮੇੜਦੀਆਂ ਨੇ ਟਾਈਮ ਨਾਲ ਟੌਰ ਕੱਢਦੀਆਂ ਨੇ ਅੱਛਾ 12 ਵਜੇ ਤਾਂ ਉੱਠਦੀਆਂ ਤੂੰ ਮੈਨੂੰ ਪਤਾ ਹੀ ਹੈ ਕਿਹੜੀਆਂ ਟੌਰ ਕੱਢਦੇ ਆ ਦੇਖ ਲੈ ਆ ਚਾਚੀ ਨੇ ਨਾ ਬਹੂ ਜੀ ਸਿਰ ਚੜਾ ਰੱਖੀ ਬਾਲਾ ਸਿਰ ਚੜਾ ਰੱਖਿਆ ਓਦੇ ਪਤਾ ਲੱਗੂ ਜੀ ਦੇਹ ਸਿਰ ਤੇ ਚੜ ਕੇ ਨੱਚੀ ਹਾਂ ਇੱਥੇ ਆ ਨਾ ਗੱਲ ਤੇ ਜਿਹੜੀਆਂ ਬਾਲੀਆਂ ਚਾਂਬਲੀਆਂ ਆਉਂਦੇ ਨੇ ਨਾ ਉਹੀ ਵੱਧ ਟੌਰ ਕੱਢਦੀਆਂ ਨੇ ਤੂੰ ਚਾਂਬਲੀ ਨਹੀਂ ਹੈਗੀ ਤੂੰ ਸਿਆਣੀ ਆ ਸੋਹਣੀਆ ਤਾਂ ਹੀ ਮੈਂ ਤੈਨੂੰ ਕਹਣਾ ਵੀ ਬਾਲੀ ਟੌਰ ਟੂਰ ਕੱਢਣ ਦਾ ਕੋਈ ਫਾਇਦਾ ਨਹੀਂ ਹੁੰਦਾ ਉਹ ਨਹੀਂ ਮਿੱਠੀਆਂ ਗੋਲੀਆਂ ਦੇਈ ਜਾਇਆ ਕਰ ਵੇ ਮੈਂ ਤਾਂ ਲੋਕਾਂ ਦੀਆਂ ਬਾਹਵਾਂ ਦੇਖ ਦੇ ਕੇ ਝੁਰਦੀ ਰਹਿਣੀ ਆ ਕਿਸੇ ਨੇ 10000 ਦਾ ਸੂਟ ਪਾਇਆ ਕਿਸੇ ਨੇ 20000 ਦਾ ਸੂਟ ਪਾਇਆ ਦੇਖ ਲੈਣਾ ਪਤਾ ਨਹੀਂ ਜਨਾਨੀਆਂ ਨੇ ਚੰਗੇ ਕਰਮ ਕਰ ਰੱਖੇ ਨੇ ਜਿਹੜੀਆਂ ਇੰਨੀਆਂ ਸੋਹਣੀਆਂ ਤਿਆਰ ਹੋ ਕੇ ਰਹਿੰਦੀਆਂ ਤਾਂ ਮੈਂ ਦੇ ਲੈ ਸਾਰ ਕੀ ਸਾਰਾ ਦਿਨ ਗੱਲ ਮੂੰਹ 'ਚ ਨਾ ਰੱਖਿਆ ਕਰ ਕਹਿ ਰਿਆ ਕਰ ਨਾਲੇ ਮੇਰੀ ਗੱਲ ਸੁਣ ਲੈ ਜੇ ਅਗਲੇ 10-10000 ਦੇ 20-20000 ਦੇ ਸੂਟ ਪਾਇਆ ਨਾ ਅਗਲੇ ਤੇ ਫਿੱਟ ਲੱਗਦਿਆ ਓਏ ਸੂਟ ਤੈਨੂੰ ਤਾਂ ਸੂਟ ਹੀ ਨਹੀਂ ਕਰਦਾ ਹੈਗਾ ਤੌੜੇ ਜਿਹੜਾ ਢੱਡਾ ਤੇਰਾ ਅਨਪਾੜੂ ਆ ਤੂੰ ਤਾਂ ਮੇਰੇ ਨਾਲ ਨਾ ਬਾਲੀ ਬਕਵਾਸ ਨਾ ਕਰਿਆ ਕਰ ਨਾ ਤੂੰ ਮੇਰੇ ਢੱਡ ਤੋਂ ਕੀ ਲੈਣਾ ਸੂਟਾਂ ਦੀ ਗੱਲ ਚੱਲੀ ਜਾਂਦੀ ਐ ਲੈ ਦੇ ਪੈਸੇ ਮੈਂ ਤਾਂ ਹੁਣ ਲੈਉ ਸੂਟ ਦੇਖੀ ਤੈਨੂੰ ਲੱਗਦੀਆਂ ਪਰ ਸੋਹਣੀਆਂ ਕਿ ਨਹੀਂ ਪਰ ਤੈਨੂੰ ਮੈਨ ਨਹੀਂ ਸੋਹਣੀਆਂ ਲੱਗਦੀਆਂ ਤੈਨੂੰ ਤਾਂ ਲੋਕਾਂ ਦੀਆਂ ਤੇਮੀਆਂ ਸੋਹਣੀਆਂ ਲੱਗਦੀਆਂ ਨੇ ਓ ਤਰੀਫਾਂ ਤੂੰ ਮੇਰੇ ਕੋਲੇ ਆ ਕੇ ਕਰਦੀਆਂ ਲੋਕਾਂ ਨੇ ਜਨਾਨੀਆਂ ਦੀ ਪਰ ਕਈ ਵਾਰੀ ਬੰਦਾ ਬਦਲ ਜਾਂਦਾ ਹੈ ਕੀ ਪਤਾ ਲੱਗਦਾ ਹੁੰਦਾ ਅੱਛਾ ਬਦਲ ਹੀ ਬਦਲ ਤੂੰ ਬੈਠੇ ਬੇੜੇ ਵਾਲੇ ਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ ਕੰਜਰ ਨੂੰ ਓ ਮੇਰੀ ਗੱਲ ਸੁਣ ਲੈ ਬੱਠਲ ਦੇ ਡਰਾਵੇ ਨਾ ਕਿਸੇ ਹੋਰ ਨੂੰ ਦੇ ਜਾਂ ਜਾ ਕੇ ਨਹਾ ਨੂੰ ਲਾ ਮਾੜਾ ਮੋਟਾ ਕੋਈ ਨਾ ਨਾ ਤੀ ਮੈਂ ਤੂੰ ਨਾਲ ਹੈ ਕੋੜ ਪਹਿਰਿਆ ਤੇਰੇ ਕੰਜਰ ਨਾ ਹੋਵੇ ਕਾਲੇ ਮੂੰਹ ਵਾਲਾ ਮੈਂ ਤਾਂ ਤੜਕੇ ਲਾਉਣਾ ਲਖਸ ਸਾਬਣ ਨਾਲ ਤੈਨੂੰ ਕੀ ਪਤਾ ਖੁਸ਼ਬੂ ਆਉਂਦੀ ਹੈ ਮੇਰੇ ਚੋਂ ਤੇਰੇ ਜੋ ਮੁਸ਼ਕ ਮਾਰਦਾ ਚਾਚੀ ਕਰੀ ਹੈ ਨੇ ਆ ਜਾ ਕਰੀਆਂ ਚਾਚੀ ਨੇ ਕਿੱਧਰ ਜਾਣੇ ੱਪੜੇ ਧੋਲੇ ਹੈ ਕੱਪੜੇ ਧੋਵਲੇ ਸੀ ਭੈਣੇ ਸੁੱਕ ਗਏ ਤੇ ਹੁਣ ਮੈਂ ਆਖਿਆ ਤਾਂ ਹਾਂ ਲਾ ਦਿਆਂ ਹਵਾ ਜੀ ਨਾਲ ਡਿੱਗਣਾ ਜਾਣ ਸੁੱਕੇ ਪਈ ਸੀ ਚੱਲ ਵਧੀਆ ਕਰਿਆ ਕੀ ਕਰਿਆ ਈ ਕੁੜੇ ਮੈਂ ਕੀ ਕਰਨਾ ਬਸ ਮੈਂ ਤਾਂ 베ਲੀ ਪਕਾਲੀਆਂ ਖਾਲੀਆਂ ਪੈਗੀ ਲੈ ਦੇਖ ਲੈ ਕਹਿੰਦੀ 베ਲੀ ਪਕਾਲੀਆਂ ਖਾਲੀਆਂ ਉਹ ਵੀ ਕੰਮ ਹੈ ਕੱਪੜੇ ਵਿੱਚੋਂ ਦੀ ਹੋਵੇਂਗੀ ਕੋਈ ਮੈਂ ਸਨੂ ਕੰਡਾ ਵੀ ਪਾ ਕੇ ਆਈ ਹੋਵੇਂਗੀ ਬਸ ਤੈਨੂੰ ਪਤਾ ਚਾਚੀ ਸਾਰਾ ਦਿਨ ਇੱਧਰ ਹੀ ਨੰਗ ਜਾਂਦਾ ਟਾਈਮ ਹੁਣ ਮੈਂ 베ਲੀ ਸੀ ਜੀ ਜਾ ਲੱਗਿਆ ਨਹੀਂ ਘਰੇ ਮੈਂ ਚੱਲ ਚਾਚੀ ਕੋਲ ਜਾ ਕੇ ਆਉਣੀ ਆ ਘੰਟਾ ਚਲ ਵਧੀਆ ਹੋ ਗਿਆ ਨਹੀਂ ਆ ਗਈ ਮੈਂ ਵੀ ਡਿੱਕੀ ਜਾਂਦੀ ਸੀ ਮਾ ਕੋਈ ਡੱਡ ਪੈਣਾ ਅੱਜ ਆਈ ਨਹੀਂ ਮੇਰਾ ਵੀ ਜੀਜਾ ਲੱਗਦਾ ਸੀ ਅੱਜ ਕੱਦੀ ਦਾ ਕਿਉਂ ਕੀ ਗੱਲ ਤੁਹਾਡੀ ਬਹੂ ਆਈ ਨਹੀਂ ਅੱਜ ਬਹੂ ਤਾਂ ਉਹ ਇੱਥੇ ਵਾਗੀ ਨਾਨਕੀ ਵਿਆਹ ਗਏ ਨੇ ਅੱਛਾ ਉਹ ਨਾ ਹਰਜੀਤ ਵਾਗ ਗਿਆ ਕਿਹਦਾ ਸੀ ਵਿਆਹ ਕੁੜੇ ਵਿਆਹ ਉਹਦੇ ਮਾਮੇ ਦੀ ਕੁੜੀ ਦਾ ਲੈ ਐਡੀ ਦੂਰ ਦੀ ਰਿਸ਼ਤੇਦਾਰੀ ਵੀ ਪਗਾਉਨੇ ਹੋ ਕੁੜੇ ਹੋਰ ਹੁਣ ਜਦੋਂ ਆਗਲੇ ਨੇ ਮਾਂ ਤਾ ਨਾਲ ਸੱਦਿਆ ਵੀਰ ਫੇਰ ਤਾਂ ਹੁਣ ਜਾਣ ਦਾ ਹੱਕ ਬਣਦਾ ਹੀ ਸੀ ਉਹਨਾਂ ਨੇ ਤਾਂ ਸਾਨੂੰ ਵੀ ਕਿਹਾ ਸੀ ਵੀ ਤੁਸੀਂ ਵੀ ਦੋਏਂ ਜੀ ਆਇਓ ਮੈਂ ਖਚਲ ਆਪ ਤਾਂ ਕੀ ਕਰਾਂ ਨੇ ਆਣੇ ਸਿਆਣਿਆਂ ਦਾ ਵਿਆਹ ਹੁੰਦਾ ਹੈਗਾ ਇਹਨਾਂ ਨੂੰ ਜਾਣਦੇ ਐਡੀ ਦੂਰ ਦੀ ਰਿਸ਼ਤੇਦਾਰੀ ਚਾਚੀ ਕੌਣ ਵਰਤਦਾ ਹੈਗਾ ਬਾਵਾ ਤੂੰ ਨੂੰ ਨੂੰ ਰੋਜੀ ਤੋਰ ਦੇਣੀ ਹੈਗੀ ਮੈਂ ਤਾਂ ਨਾ ਭੈਣ ਐਡੀ ਦੂਰ ਵਰਤਾਂ ਨਹੀਂ 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 ਜਦੋਂ ਅਗਲਾ ਮਾਨਤਾਨ ਨਾਲ ਸਾਧਦਾ ਫਿਰ ਤਾਂ ਜਾਣ ਦਾ ਹੱਕ ਬਣਦਾ ਹੈਗਾ ਇੱਕ ਫੇਰੇ ਦੇ ਮਾਪਿਓ ਨਹੀਂ ਹੈਗੇ ਤੈਨੂੰ ਪਤਾ ਹੈ ਅਗਲਾ ਐ ਵੀ ਯਾਦੇ ਵਰਤਦਾ ਫਿਰ ਨਾਨਕੇ ਦੇ ਵੱਧ ਆਉਂਦੇ ਜਾਂਦੇ ਨੇ ਲੈ ਚਾਚੀ ਨੇ ਤਾਂ ਇਹਨੂੰ ਮਸ਼ਹੂਰ ਕਰ ਰੱਖਿਆ ਹੈਗੀ ਵੀ ਇਹ ਤਾਂ ਮਾਪਿਓ ਨਹੀਂ ਹੈਗੇ ਸਿਰ ਚੜਾ ਰੱਖਿਆ ਹੀ ਕਹਿ ਕਹਿ ਕੇ ਨਹੀਂ ਸਿਰ ਕਾਂ ਨੂੰ ਚੜਾ ਰੱਖੀ ਹੈਗੀ ਨਹੀਂ ਜਦੋਂ ਹੁਣ ਉਹੀ ਗੱਲ ਫੇਰ ਆ ਜਾਂਦੀ ਐ ਮੁੜਕੁੜ ਕੇ ਨਿੱਕੇ ਨਿੱਕਿਆਂ ਦੇ ਮਾਪਿਓ ਮਰ ਗਏ ਸੀ ਚਲੋ ਠੀਕ ਐ ਭਾਈ ਕਰੇ ਭਾਈ ਪਰ ਜਾਈ ਹੈਗੇ ਨੇ ਮੈਂ ਆਦੀ ਸਿਆਣੀ ਐ ਵਧੀਆ ਵਰਤਦੀ ਐ ਪਰ ਮਾਂ ਵਾਲੀ ਰੀਸ ਤਾਂ ਨਹੀਂ ਹੈਗੀ ਮਾਂ ਵਾਲੀ ਗੱਲ ਤਾਂ ਨਹੀਂ ਬਣਦੀ ਮੈਨੂੰ ਆਏ ਰਹਿੰਦਾ ਕੁੜੇ ਜੇ ਦੇ ਮਾਣੀ ਆਇਨਾ ਸੋਚੇ ਵੀ ਮੇਰੀ ਸੱਸ ਮੈਨੂੰ ਆ ਗੱਲ ਤੋਂ ਟੋਕਦੀ ਐ ਇਧਰੋਂ ਟੋਕਦੀ ਐ ਮੈਂ ਤਾਂ ਭੈਣੇ ਕੁਛ ਨਹੀਂ ਕਹਿੰਦੀ ਹੈਗੀ ਮਰਜੀ ਦਾ ਖਾਂਦੀ ਐ دیکھ ਮਰਜੀ ਦਾ ਪੈਂਦੀ ਐ ਆਪਾਂ ਤਾਂ ਭਾਈ ਕਦੇ ਰੋਕੀ ਨਹੀਂ ਹੈਗੀ ਅੱਜ ਰੋਕਾਂਗੇ ਸਵੇਰ ਨੂੰ ਆਪ ਬੁੜੇ ਹੋਵਾਂਗੇ ਭੈਣੇ ਗੁੱਤਨੀ 'ਚ ਹੱਥ ਪਾਉਗੀ ਫੇਰ ਹੈਂ ਤਰਦੀ ਮੈਂ ਤਾਂ ਚੁੱਪੀ ਕਰ ਜਾਂਨੀ ਮੇਰੀ ਗੱਲ ਸੁਣ ਲੈ ਹੁਣ ਜਦੋਂ ਤੂੰ ਇੰਨੀ ਸਿਰ ਚੜਾਏਂਗੀ ਫੇਰ ਤਾਂ ਕੁਛ ਨਾ ਕੁਛ ਕਰੂਗੀ ਕੋਈ ਕਾਰ ਆਤਾ ਤੈਨੂੰ ਕਰਕੇ ਦਿਖਾਊਗੀ ਓਈ ਕੋਈ ਲੱਗਦਾ ਚਾਚੀ ਮੇਰੀ ਪਰਜਾਈ ਸੀ ਦੇਖ ਲੈ ਕੱਲੀ ਕੱਲੀ ਸੀ ਮੇਰੀ ਮਾਂ ਨੇ ਵੀ ਐ ਕਹਿ ਕਹਿ ਕੇ ਬੁੱਤ ਬੁੱਤ ਕਰਕੇ ਸਿਰ ਚੜਾ ਲਈ ਹੈ ਤੇ ਐਡੀ ਇੱਕ ਪੱਤੀ ਨਿਕਲੀ ਉਹ ਨਾਲ ਤਾਂ ਸਾਰੀ ਜ਼ਮੀਨ ਆਪ ਦੇ ਨਾਂ ਲਵਾ ਲਈ ਆ ਮੇਰੇ ਭਰਾ ਨੂੰ ਰੋਟੀ ਟੋਕਣੀ ਪੁੱਛਦੀ ਪੁੱਛਣਾ ਸੰਤ ਸੂਲੀ ਤੇ ਚਟੰਗ ਰੱਖਿਆ ਤਾਂ ਕਹਿੰਨੀ ਆ ਤੈਨੂੰ ਤਾਂ ਫਿਰ ਜ਼ਮੀਨ ਕਿਉਂ ਨਾ ਲੋ ਕਾ ਤੋਂ ਨਾ ਲਵਾਈ ਉਹਦੇ ਤੁਸੀਂ ਨੇ ਜਦੋਂ ਤੇਰਾ ਭਾਈ ਸੁੱਖ ਨਾਲ ਜਿਉਂਦਾ ਜਾਗਦਾ ਬੈਠਾ ਸੀ ਤੁਸੀਂ ਵੀ ਕਮਲੇ ਰਹੇ ਨੀ ਬਸ ਫਿਰ ਤੈਨੂੰ ਪਤਾ ਹੈਗਾ ਜਦੋਂ ਪਹਿਲਾਂ ਸਿਰ ਚੜਾ ਲਈ ਫਿਰ ਤਾਰਨੀ ਔਖੀ ਹੋ ਜਾਂਦੀ ਹੈਗੀ ਫਿਰ ਜਿਵੇਂ ਕਹਿੰਦੀ ਓਵੇਂ ਕਰਨਾ ਪੈਂਦਾ ਹੈਗਾ ਨਾ ਭਾਈ ਜਮੀਨ ਜਮੂਨ ਵਾਲੀ ਗੱਲ ਤਾਂ ਬਹੁਤ ਦੂਰ ਹੈਗੀ ਦੇਖ ਹਾਂ ਖਾਣ ਪਹਿਨਣ ਤੋਂ ਕਦੇ ਰੋਕੀ ਨਹੀਂ ਹੈਗੀ ਖਾਵੇ ਮਰਜੀ ਦਾ ਪਹਿਨੇ ਮਰਜੀ ਦਾ ਰਵਾਜ ਸਰ ਦਾ ਕੱਪੜਾ ਲਿਆ ਕੇ ਦਿਨੀ ਆ ਤੇ ਖੈਰ ਅੱਜ ਤਾਈ ਤਾਂ ਭਾਈ ਅੱਜ ਦੀ ਘੜੀ ਤਾਂ ਚੰਗੀ ਐ ਨਰਮ ਐ ਕੰਮ ਜਿੰਨਾ ਕੋ ਜਾਣਦੀ ਐ ਭਾਈ ਸਾਰਾ ਹੀ ਕਰਦੀ ਐ ਪਸੂਆ ਪਸੂਆ ਖਨੀ ਹਲੇ ਮੈਂ ਜਾਣ ਨਹੀਂ ਦਿੰਦੀ ਹੈਗੀ ਆ ਪਤੰਦਰ ਉਸ ਤਾਂ ਭਾਈ ਗੋਡੇ ਵਰਗੀ ਫਿਰਦੀਆਂ ਹੈ ਹੱਡ ਗੋਡੇ ਖੜ ਜਾਣਗੇ ਜੇ ਮੈਂ ਬੈਹਗੀ ਉਧਰਲਾ ਕੰਮ ਮੈਂ ਵਾਗੜ ਵਾਲਾ ਪਸਾਂਦੀਆਂ ਦੇ ਚੁੱਲੇ ਚਮਕੇ ਦੇ ਕੰਮ ਨੂੰ ਭੈਣੇ ਫੁਰਨ ਨਹੀਂ ਦਿੰਦੀ ਹੈਗੀ ਹਾਂ ਚਲ ਉਹ ਤਾਂ ਠੀਕ ਆ ਚਾਚੀ ਮੇਰੀ ਗੱਲ ਸੁਣਦੇ ਸਾਡੇ ਨਾਲ ਤਾਂ ਬੀਤ ਗਈ ਇਹ ਹੈ ਨਾ ਹੋਗੀ ਮੈਂ ਤਾਂ ਤੈਨੂੰ ਤਾਂ ਸਮਝਾਉਂਦੀ ਸੀ ਕੱਲੀ ਕੱਲੀ ਨੂੰ ਹੈ ਤੇਰੀ ਉਹ ਨਾ ਹੋਵੇ ਕਿ ਤੇ ਹੱਥ ਬੜਾ ਕੇ ਬਹਿ ਜਾਉ ਮੋੜ ਕੇ ਫਿਰ ਝਾਕੀ ਜਾਉਂਗੇ ਨੀ ਚਾਲ ਕੋਈ ਨਾ ਤੇਰਾ ਤਾਂ ਹੁਣ ਫਰਜ ਬਣਦਾ ਸੀ ਸਿਆਣਿਆਂ ਦੇ ਜਿਹਦੇ ਨਾਲ ਬੀਤੀ ਹੁੰਦੀ ਹੈ ਉਹ ਤਾਂ ਚਾਰ ਨੂੰ ਹੋਰ ਵੀ ਸਿਆਣੇ ਕਰਦਾ ਦੱਸਦਾ ਵੀ ਭਾਈ ਐਂ ਨਾ ਕਰੋ ਸਾਡੇ ਨਾਲ ਬਣ ਗਈ ਹਾਂ ਤੜਕੇ ਮੈਂ ਦੇਖੀ ਸੀ ਜਾਂਦੀ ਮੈਂ ਤਾਂ ਤਾਂ ਹੀ ਕਹਾਂ ਮੈਂ ਚਾਚੀ ਬਾਵਾ ਰੋਜ ਤੋਰ ਦਿੰਦੀ ਆ ਤਿਆਰ ਕਰਕੇ ਕਦੀ ਕਿਧਰ ਨੂੰ ਬਾਗੀ ਲੈ ਕੇ ਗੱਡੀ ਕਦੀ ਕਿਧਰ ਨੂੰ ਇਹ ਜਹ ਰਜੀਤ ਆ ਜਿਹੜਾ ਰੋਜ ਲੈ ਕੇ ਤੁਰ ਪੈਂਦਾ ਹੈਗਾ ਨਹੀਂ ਉਹ ਤਾਂ ਮੈਂ ਹੀ ਕਹਿ ਦਿੰਨੀ ਆ ਮੈਂ ਕਿੰਨੀ ਲਾਈ ਜਾ ਬੁੱਤ ਕੋਈ ਨਾ ਅਸੀਂ ਹੈਗੇ ਹਲੇ ਘਰੇ ਕੰਮ ਧੰਦੇ ਵਾਲੇ ਤੂੰ ਭਾਗ ਜਾ ਹੁਣੀ ਜਾਣ ਆਏਗਾ ਹੁਣੀ ਸ਼ੌਂਕ ਪਗਾਉਣੇ ਨੇ ਫੇਰ ਉਹੀ ਗੱਲ ਜਦੋਂ ਭਾਈ ਗਾਂ ਚਵੱਕ ਜੱਲੇ ਹੋ ਜਾਂਦੇ ਨੇ ਫੇਰ ਕੀ ਤੋਂ ਜਾਇਆ ਜਾਂਦਾ ਕੀ ਤੋਂ ਨਿਕਲਿਆ ਜਾਂਦਾ ਘਰਾਂ ਚ ਹਾਂ ਆਈ ਸਾਲ ਦੋ ਸਾਲ ਹੁੰਦਾ ਹਾਂ ਇਹ ਵੀ ਗੱਲ ਹੈ ਚਲ ਹਾਂ ਚਲ ਤੇ ਫੇਰ ਕਦੋਂ ਆਉਗੀ ਓਹੋ ਅੱਜ ਤਾਂ ਨਹੀਂ ਆਉਂਦੇ ਮੈਨੂੰ ਲੱਗਦੀ ਐ ਹਾਂ ਤੇ ਸਵੇਰੇ ਤਾਂ ਮਾਂ ਆ ਜਾਣ ਚਲ ਹਾਂ ਸਵੇਰੇ ਤਾਂ ਘਰ ਕਹਿੰਦੀ ਸੀ ਆ ਜਾਾਂਗੇ ਮਾਂ ਕੇ ਤੜਕੇ ਤਾਂ ਆ ਵੋਲ ਪਾਣੀ ਚ ਤਾਂ ਮੈਨੂੰ ਤੇਜ ਜੀਵ ਲੱਗਦੀ ਐ ਚਾਚੀ ਕਿ ਵਧੀਆ ਤੇਰੇ ਨਾਲ ਤਾਂ ਵਧੀਆ ਰਹਿੰਦੀ ਹੋਊਗੀ ਭਾਈ ਹਲੇ ਤਾਈ ਤਾਂ ਵਧੀਆ ਐ ਮੈਂ ਆਖ ਹਲੇ ਤਾਈ ਤਾਂ ਕੁਛ ਨਹੀਂ ਬੋਲਦੀ ਹੈਗੀ ਤੇ ਪਰ ਜਾਈਏ ਉਹ ਬਲਾਈ ਚੰਗੀ ਐ ਜਦੋਂ ਫੋਨ ਫਾਨ ਤੇ ਗੱਲ ਕਰਦੀ ਐ ਸਿਆਣੀ ਮਾਪੀ ਦਿੰਦੀ ਐ ਪਰ ਜਾਈਏ ਦੀ ਚੌਲ ਆਗ ਲਿਆਂਦੇ ਤਾਂ ਫਰਜ ਵੰਦਾ ਫਿਰ ਸਿਆਣੇ ਤੀ ਪੁੱਤ ਨੂੰ ਸਮਝਾਉਣਾ ਅਗਲੇ ਦੀ ਮਰਜ਼ੀ ਅੱਗੇ ਹਾਂ ਨਾ ਕੋਈ ਨਾ ਭਾਈ ਜਾਨੀ ਮੈਂ ਚਾਹ ਦੀ ਕੁੱਟ ਕਰਕੇ ਲਿਆਉਣੀ ਆ ਨਹੀਂ ਬਸ ਚਾਹ ਤਾਂ ਮੈਂ ਹੁਣ ਆ ਕਰਮੇ ਨੂੰ ਬਣਾ ਕੇ ਦੇ ਕੇ ਆਈ ਸੀਗੀ ਉਹ ਵੀ ਘਰੇ ਪਿਆ ਸੀ ਉਹਨੂੰ ਮੈਂ ਕਹਿ ਕੇ ਆਈ ਆ ਮੈਂ ਖੇਤ ਬਾਗ ਦਾ ਸਾਰਾ ਦਿਨ ਇੱਥੇ ਮੰਜੇ ਨਾਲ ਜੁੜਿਆ ਰਹਿਣਾ ਕਹਿੰਦਾ ਚੰਗਾ ਮੈਂ ਖੇਤ ਜਾਣਾ ਮੈਂ ਮੈਂ ਕੱਲੀ ਕੀ ਕਰੂੰਗੀ ਚੱਲ ਚਾਚੀ ਕੋਲ ਢੇਡਾ ਲਾਏ ਆਉਣੀ ਹੈਗੀ ਚਾਹ ਤਾਂ ਮੈਂ ਪੀ ਕੇ ਆਈ ਸੀ ਚਾਚੀ ਪਿੰਦੀ ਨਹੀਂ ਫੇਰਾ ਨਾ ਚਾਣੀ ਪਿੰਦੀ ਹੈਗੀ ਤੈਨੂੰ پتہ ਗਰਮੀ ਹੋ ਗਈ ਹੁਣ ਤਾਂ ਚੱਤ ਨਹੀਂ ਕਰਦਾ ਹੈਗਾ ਚਲ ਮਰਜ਼ੀ ਹੈ ਫਿਰ ਤੇ ਅੱਛਾ ਮੈਂ ਤਾਂ ਨਾ ਕਹਿੰਦੇ ਮੈਂ ਚਾਦੀ ਕੁੱਟ ਕਰਦੀ ਮੈਂ ਖੇਤ ਜਾਇਆ ਹੁੰਦਾ ਹਰਾ ਹਰਾ ਵੱਢ ਲੈਂਦਾ ਕੋਈ ਗੱਲ ਨਹੀਂ ਮੇਰੀ ਗੱਲ ਸੁਣਿਓ ਆ ਦੇਖੋ ਲਾਈਕ ਦੇਖੋ 1 ਲੱਖ ਲਾਈਕ ਵਿਊਜ਼ ਤਾਂ ਮਿਲੀਅਨਸ ਚ ਨੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰੀ ਰੀਲ ਇੰਨੀ ਵਾਇਰਲ ਹੋ ਜੂਗੀ ਹੋ ਕਮਲੀਆਂ ਜੀਆਂ ਨੇ ਹੋ ਇਹ ਨੱਚਦੀ ਦੀ ਬਣਾਤੀ ਤੇ ਮੈਂ ਪਾਤੀ ਮੈਨੂੰ ਕੀ ਪਤਾ ਸੀ ਇੰਨੀ ਪਸੰਦ ਕਰਨਗੇ ਲੋਕ ਦੇਖੋ ਤਾਂ ਸਹੀ ਕਿੰਨੇ ਮੈਸੇਜ ਆਉਂਦੇ ਆ ਕੋਈ ਤਾਂ ਕਹਿੰਦਾ ਤੁਸੀਂ ਬੜੇ ਵਧੀਆ ਹੋ ਦੀਦੀ ਕੋਈ ਕਹਿੰਦਾ ਤੁਹਾਡਾ ਸੂਟ ਵਧੀਆ ਕੋਈ ਕਹਿੰਦਾ ਤੁਸੀਂ ਨੱਚਦੇ ਵਧੀਆ ਉਹ ਕਿੱਥੋਂ ਸੋਹਣੇ ਹੋ ਮੈਨੂੰ ਤਾਂ ਬੜਾ ਹੀ ਵਧੀਆ ਲੱਗਦਾ ਅੰਜਲੀ ਮੇਰੀ ਗੱਲ ਸੁਣ ਲੈ ਇਹ ਗੱਲਾਂ ਸੱਟ ਦੇਖੜਾ ਕੋਈ ਬੜੀਆਂ ਚੰਗੀਆਂ ਗੱਲਾਂ ਨਹੀਂ ਇਹ ਉਦੋਂ ਤਾਂ ਮੈਂ ਬੋਲਿਆ ਨਹੀਂ ਠੀਕ ਹੈ ਵਿਆਹ ਦੇ ਵਿੱਚ ਤੇਰੇ ਮਾਮੇ ਦੀਆਂ ਕੁੜੀਆਂ ਨੇ ਚੱਕ ਕੇ ਪਾਤੀ ਫਿਰ ਕਿੱਡੀ ਕ ਗੱਲ ਹੋ ਗਈ ਮੈਂ ਕਿਹੜਾ ਕੱਲੀ ਪਾਉਣੀ ਆ ਸਾਰੀਆਂ ਹੀ ਪਾਉਂਦੀਆਂ ਨੇ ਉਹ ਕਿਹੜਾ ਚਲਾਉਂਦੀਆਂ ਨਹੀਂ ਫਿਰ ਸਾਰਾ ਮੁਲਕ ਖੂਜ ਡਿੱਗੂ ਤੇ ਖੂਸਾਲ ਮਰੇਗੀ ਆਪਾਂ ਲੋਕਾਂ ਮਾਗਰ ਲਾ ਕੇ ਚੱਲਣਾਗਾ ਆਪਾਂ ਆਪ ਦਾ ਸਾਬ ਦੇਖਣਾ ਨਾ ਮੰਮੀ ਡੇਡ ਨੂੰ ਨਹੀਂ ਚੰਗੀਆਂ ਲੱਗਦੀਆਂ ਜੇ ਪਤਾ ਲੱਗੇ ਪਤਾ ਕਿੰਦੀ ਵੱਡੀ ਗੱਲ ਹੋ ਜੂਗੀ ਲੈ ਕੀ ਪਤਾ ਲੱਗਣਾਗਾ ਹੱਦ ਹੋਈ ਪਈ ਐ ਥੋਡੀ ਫਿਰ ਮੈਂ ਕਿਹੜਾ ਕੁਛ ਗਲਤ ਰੀਲ ਪਾਈ ਐ ਇਹ ਤਾਂ ਨਾਰਮਲ ਨੱਚਦੇ ਹੋਏ ਦੀ ਰੀਲ ਪਾਈ ਐ ਇੱਜ ਕੁਛ ਗਲਤ ਮੈਸੇਜ ਤਾਂ ਹੈ ਨਹੀਂ ਨਾ ਮੈਨੂੰ ਹੁਣ ਤੱਕ ਕੋਈ ਗਲਤ ਕਮੈਂਟ ਆਇਆ ਓਏ ਬਹੁਤ ਗੁੱਸਾ ਹੁੰਦਾ ਹੁੰਦਾ ਗੱਲ ਤੱਕ ਕਿਉਂ ਕੀ ਲੋੜ ਤੈਨ ਇਹ ਤਾਂ ਮਤਲਬ ਹਾਲੀ ਕੀ ਗੱਲ ਆ ਤੁਹਾਡਾ ਦਿਮਾਗ ਤਾਂ ਸੈੱਟ ਹੈ ਸਾਰੇ ਲੋਕ ਚਲਾਉਂਦੇ ਆ ਫੋਨ ਤਾਂ ਇੰਸਟਾਗ੍ਰਾਮ ਵੀ ਇਕੱਲੇ ਇਕੱਲੇ ਫੋਨ ਤੇ ਆ ਸਾਰੇ ਬਣਾਉਂਦੇ ਨੇ ਮੈਂ ਕੋਈ ਨਿਆਰੀ ਤਾਂ ਹੈ ਨਹੀਂਗੀ ਮੇਰੀ ਗੱਲ ਸੁਣ ਲੈ ਸਾਰੇ ਰਿਸ਼ਤੇਦਾਰਾਂ ਨੂੰ ਇਹ ਗੱਲ ਤਾਂ ਪਤਾ ਲੱਗ ਗਿਆ ਕੋਈ ਚੰਗਾ ਨਹੀਂ ਬਣਾਉਦਾ ਇਹ ਗੱਲਾਂ ਠੀਕ ਹੈ ਆਪਣੇ ਕੌਣ ਆਪਣਾ ਕੌਣ ਰਿਸ਼ਤੇਦਾਰ ਇਹ ਜੇ ਰੀਲਾ ਬਣਾਉਂਦਾ ਕੌਣ ਪਾਉਂਦਾਗਾ ਰਹਿਣ ਦੋ ਸਾਰਿਆਂ ਹੀ ਪਾਉਂਦੇ ਨੇ ਅ ਸ਼ੀਲਾ ਭੂਆ ਕੀ ਨੋ ਨਹੀਂ ਪਾਉਂਦੀ ਹੈਗੀ ਮੈਂ ਬਥੇਰੀਆਂ ਦੇਖਦੀ ਆ ਠੀਕ ਹੈ ਨਾ ਫਿਰ ਕਿਉਂ ਕਿ ਉਹਨਾਂ ਦਾ ਪ੍ਰਾਈਵੇਟ ਐਕਾਊਂਟ ਤੂੰ ਰਹਿਣ ਦਿਂ ਜਿੰਲੀ ਮੈਂ ਤਾਂ ਕਰ ਇਹਨੂੰ ਡਿਲੀਟ ਕਰਦੇ ਕਲੇਸ਼ ਤੇ ਜੋ ਬੜਾ ਵੱਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੁਹਾਡਾ ਡਿਲੀਟ ਕਰਦਾ ਮੈਂ ਪਤਾ ਕਿੰਨੇ ਮਿਲੀਅਨ ਵਿਊਜ਼ ਨੇ ਇਹ ਮੈਂ ਕੋਈ ਡਿਲੀਟ ਨਹੀਂ ਕਰਦੀ ਹੈਗੀ ਮੈਂ ਤਾਂ ਹੋਰ ਵੀ ਪਾਇਆ ਕਰੂੰ ਹੁਣ ਤਾਂ ਸੋਕਦੀ ਮੇਰਾ ਅਕਾਊਂਟ ਚੱਲਣ ਲੱਗ ਗਿਆ ਮੇਰੀ ਤਾਂ ਅਕਾਊਂਟ ਦੀ ਰੀਚ ਹੀ ਇੰਨੀ ਵੱਧ ਗਈ ਹੁਣ ਤਾਂ ਸੋਹਣੀਆਂ ਸੋਹਣੀਆਂ ਬਣਾ ਕੇ ਪਾਉ ਮੈਂ ਤਾਂ ਕਹਿੰਨੀ ਹਾਂ ਸੋਕਦੀ ਤੁਸੀਂ ਨਾ ਮੈਨੂੰ ਕੈਮਰਾ ਕੂਮਰਾ ਲੈ ਦੋ ਤੇ ਉਹ ਕੀ ਹੁੰਦੀ ਆ ਉਹ ਲਾਈਟ ਜੀ ਨਹੀਂ ਹੁੰਦੀ ਜਿਹੜਾ ਘੋਰਾਇਆ ਕਰ ਦਿੰਦੀ ਹੈ ਉਹ ਵਾਲੀ ਲਾਈਟ ਲਿਆ ਦਿਓ ਪਾਇਆ ਕਰੂੰ ਦੇਖਿਓ ਫਿਰ ਮੇਰਾ ਅਕਾਊਂਟ ਚੱਲ ਨਹੀਂ ਬਣਾਈ ਹੋਰ ਨਾ ਕੰਮ ਕਰੀ ਬਹੁਤ ਚੰਗਾ ਕੰਮ ਕਰਕੇ ਨਾਮ ਬਣਾਉਣੀ ਹੈ ਨਾ ਟਗਵੇਂ ਜਿੱਤ ਕੇ ਲੈਂਦੇ ਨੇ ਉਵੇਂ ਨਾ ਬਲੱਡ ਵਧਾਈ ਜਲ ਤੇਰੀਆਂ ਕਿਤੇ ਰੀਤਾਂ ਇੱਥੇ ਵਧਾਉਣੀਆਂ ਪਈ ਜਾਣ ਮੈਨੂੰ ਮੈਂ ਤੈਨੂੰ ਕਿਹੜਾ ਕਹਦਾ ਠੀਕ ਆ ਮੈਂ ਖੇਤੀ ਜਾਂਦਾਗਾ ਤੇ ਆ ਕੰਮ ਛੱਡ ਦੇ ਖੜਾ ਆਵਦਾ ਐਂ ਕਿਉ ਗੁੱਸਾ ਕਰਦੇ ਹੋ ਇਹ ਚ ਗਲਤ ਕੀ ਆ ਮੈਨੂੰ ਇਹ ਸਹੀ ਕੀ ਆ ਇਹ ਚ ਸਹੀ ਕੀ ਆ ਦੱਸ ਹੱਦ ਹੋ ਗਈ ਤੁਹਾਡੀ ਤਾਂ ਇਹ ਤੇ ਗੁੱਸਾ ਕਰਨ ਵਾਲੀ ਤਾਂ ਕੋਈ ਗੱਲ ਹੈ ਨਹੀਂ ਵੈਸੇ ਪਰ ਰਹੀ ਗੱਲ ਰੀਲ ਦੀ ਤੁਸੀਂ ਉਂ ਕਹਿ ਸਕਦੇ ਹੋ ਵੀ ਨਹੀਂ ਨਾ ਪਾ ਤੇ ਮੈਂ ਤੈਨੂੰ ਫਿਰ ਉਦਰੀ ਕਹੀਨਾ ਤੂੰ ਬਿੰਦ ਕਬਸ਼ੋ ਮੇਰੇ ਕੋਲ ਲੈ ਕੇ ਤਰਦੀਆਂ ਫੋਨ ਮੇਰੀ ਰੀਲ ਦੇ ਲੈ ਕੀ ਦੇਖਣਾ ਇਹ ਤੇਰੀ ਰੀਲ ਦਾ ਰੋਗ ਤਾਂ ਦੇਖਦਾਗਾ ਫੇਰ ਕੀ ਹੋ ਗਿਆ ਮੈਨੂੰ ਲੋਕ ਪਸੰਦ ਕਰਦੇ ਨੇ ਮੇਰੇ ਫੈਨ ਇਕੱਠੇ ਹੋਏ ਨੇ ਤੁਹਾਨੂੰ ਇਹ ਗੱਲ ਤੋਂ ਮੱਚ ਚੜਦੀ ਆ ਤੂੰ ਵੀ ਕਰਾਉਣਾਗਾ ਤੂੰ ਮੇਰ ਨਾਲ ਵਰਤਣਾ ਕਿ ਫੈਨ ਨਾਲ ਵਰਤਣਾਗਾ ਉਹ ਹੀ ਜੇ ਫੈਨ ਚੱਕ ਚੱਕ ਦੇਖੀ ਜਾਂਦੇ ਨੇ ਕੀ ਇਹ ਕੀ ਗੱਲ ਹੈ ਚੰਗਾ ਫੇਰ ਗੁੱਸਾ ਕਿਉਂ ਕਰਦੇ ਹੋ ਨਹੀਂ ਪਾਂਦੀ ਅੱਗੇ ਤੋਂ ਐਨਾ ਗੁੱਸਾ ਕਰਨ ਵਾਲੀ ਕੀ ਗੱਲ ਸੀ ਇਹ ਵਧੀਆ ਰਹੇਗੀ ਜੇ ਨਾ ਪਾਏਗੀ ਚੱਲ ਚੰਗਾ ਜਾਓ ਤੁਸੀਂ ਮੰਮੀ ਕੋਲ ਬੈਠ ਜਾਓ ਬਾਹਰ ਜਾ ਕੇ ਬੈਠੀ ਆ ਮੈਂ ਤਾਂ ਬਸ ਕਿਥੋਂ ਸਿਆਪੇ ਕਿਤੇ ਨੇ ਫੂਨਾ ਦੇ ਕੁੱਤਾ ਤਾਂ ਮੈਂ ਜਿਹੜਾ ਤੈਨੂੰ ਫੋਨ ਲੈ ਕੇ ਦਿੱਤਾਗਾ ਮਲੇ ਮੇਰੇ ਸਿਰ 'ਚ ਹੀ ਮੋਰੀਆਂ ਹੋਣਗੀਆਂ ਇਹਨੂੰ ਕਿਨੇ ਲੁੱਤੀ ਲਾਤੀ ਉਹਦੇ ਤਾਂ ਚੰਗਾ ਭਲਾ ਖੁਸ਼ ਸੀ ਕਹਿੰਦਾ ਸੀ ਵਧੀਆ ਗੱਲ ਹੈ ਸੋਹਣੀ ਲੱਗਦੀ ਐ ਤੇ ਜੇ ਅੱਜ ਮੇਰੇ ਵਿਊਜ਼ ਹੋ ਗਏ ਹਾਂ ਕਹਿੰਦਾਗਾ ਵੀ ਹਾਂ ਹਾਂ ਇਹ ਤਾਂ ਕੁੱਤੇ ਕੰਮ ਮੈਂ ਫਲਾਣਾ ਥਿਖੜਾ ਓਏ ਮੱਚੀ ਜਾਂਦੇ ਨੇ ਉਹ ਈਂ ਗੁੱਸਾ ਕਰਦਾ ਹੋਣਾ 10-15 ਮਿੰਟ ਲਈ ਆਪ ਹੀ ਠੀਕ ਹੋ ਜਾਊਗਾ ਮੈਂ ਤਾਂ ਰੀਲਾ ਬਣਾਉਂਗੀ ਕਿੰਨੀ ਸੋਹਣੀ ਚੱਲੀ ਜਾਂਦੀ ਹੈ ਰੀਲ ਤਾਂ ਮੇਰੀ ਸਾਰਾ ਦਿਨ ਫੋਨ ਚੀ ਬੜੀ ਰਹਿੰਦੀ ਹੈਗੀ ਲੈ ਬਿੰਗੇ ਟੇਡੇ ਜੇ ਮੂੰਹ ਬਣਾਵਣਾ ਕੇ ਫੋਟੋਆਂ ਹੀ ਖਿੱਚੀ ਜਾਂਦੀ ਹੈ ਸਾਰਾ ਦਿਨ ਲੈ ਚੱਲ ਮਨਾ ਨਿਆਣੀ ਇਹੀ ਖਿੱਚੂਗੀ ਫੋਟੋਆਂ ਹੋਰ ਕਿਹੜਾ ਬੁੜੀ ਤੀਵੀ ਮੈਂ ਖਿੱਚੂਗੀ ਚੱਲ ਲਾ ਫੂਲੀ ਤਾਂ ਪਾਤੀ ਚਲ ਹੁਣ ਸੰਨੀਰ ਲਾ ਕੇ ਪਸੂ ਬੇ ਕਰਮੇ ਹਾਂ ਦੇਖੀ ਆਹਰ ਜੀ ਦੀ ਬਹੂ ਨਹੀਂ ਕਿਹੜੀ ਆਹਾ ਹੋਰ ਕਿਹੜੀ ਓਏ ਇਹ ਤਾਂ ਮੈਂ ਬਥੇਰੇ ਚਰਦੀ ਦੇਖੀ ਆ ਆ ਤਾਂ ਕੁਛ ਵੀ ਨਹੀਂ ਰੀਲ ਇਹਦੀ ਤੈਨੂੰ ਇੱਕ ਹੋਰ ਦਿਖਾਉਣਾ ਉਹਦੇ ਚ ਨੱਚਦੀ ਆ ਓਏ ਆਹਾਹਾ ਉਹਦਾ ਬਾਲੀ ਚੱਲ ਗਈ ਸਾਰੇ ਪਿੰਡ 'ਚ ਤਾਂ ਗੱਲ ਉੱਡੀ ਪਈ ਆ ਭੂ ਮੈਂ ਮਰ ਜਾ ਮੈਂ ਤੈਨੂੰ ਐ ਕੰਨੀਆਂ ਕਰਮੇ ਮੈਨੂੰ ਤਾਂ ਫੋਨ ਲੈ ਕੇ ਦੇ ਨਾਲੇ ਮੇਰੀ ਵੀਡੀਓ ਬਣਾ ਮੈਂ ਵੀ ਵਾਇਰਲ ਹੋ ਜੂ ਫਿਰ ਇਹ ਹੈ ਫੋਨ ਲੈ ਕੇ ਦੇ ਤੈਨੂੰ ਓ ਫੋਨ ਚ ਫੱਟ ਆ ਜੇਗੀ ਪਹਿਲਾਂ ਅੱਧੀ ਬਾਹਰ ਰਹੇਗੀ ਫੋਨ ਚ ਆ ਵੀ ਤਾਂ ਫੱਟ ਆ ਹੀ ਪਈਏ ਦੇਖ ਕੇ ਨਹੀਂ ਸੌਣ ਲੱਗਦੀ ਓਏ ਇਹ ਤਾਂ ਜਵਾਖੜੀ ਆ ਤੇਰੇ ਨਾਲੋਂ ਅੱਧੀ ਆ ਤੂੰ ਤਾਂ ਹਾਈ ਕਰਦਾ ਹੁੰਨਾ ਵੇ ਦੇਖ ਲੈ ਸਾਰੇ ਲੋਕ ਵਾਇਰਲ ਹੋ ਜਾਂਦੇ ਨੇ ਵੀਡੀਓ ਬਣਾਉਣਾ ਕੇ ਭੂ ਮੈਂ ਮਰ ਜਾ ਆਹ ਇੱਕ ਮਿੰਟ ਖੜ ਜਾ ਆਹ ਕੱਪੜੀਆਂ ਪੈਂਟਾਂ ਓਏ ਆ ਓਏ ਆ ਦੇਖ ਜਿਹਦੇ ਚ ਨੱਚਦੀ ਐ ਇਹ ਦੇਖ ਹਾਂ ਇਹ ਤਾਂ ਬੜਾ ਹੀ ਲੱਕ ਲੁੱਕ ਜੇ ਮਾਰਦੀ ਐ ਹਨਾ ਹੋਰਾ ਮੇਰੀ ਗੱਲ ਸੁਣ ਲੈ ਇਹਦੀ ਰੀਸ ਕਿ ਤੂੰ ਨਾ ਕਰਨ ਲੱਗ ਜੀ 13 ਲੱਖ ਦਾ ਦੋ ਬੰਦੇ ਫੜਕੇ ਹਲਾਉਣਗੇ ਫੇਰ ਹਿਲੂ ਓਹੋ ਮੇਰੀ ਗੱਲ ਤੋਂ ਸੁਣ ਲੈ ਵੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਇਹ ਆ ਰੀਲਾ ਬਣਾਉਣ ਲੱਗੀ ਤੈਨੂੰ ਪਤਾ ਮੈਨੂੰ ਦੱਸਿਆ ਤਾਂ ਐਣੀ ਤੂੰ ਓਏ ਇਹਦੀ ਤਾਂ ਬਾਲੀ ਚੜਾਈ ਹੋਈ ਆ ਪਿੰਡ 'ਚ ਹਰੇਕ ਬੰਦਾ ਕਹਿੰਦਾ ਵੀ ਦੇਖ ਓਏ ਹਰਜੀਤ ਦੀ ਬਹੂ ਹਰਜੀਤ ਦੀ ਬਹੂ ਐ ਹੋਇਆ ਪਿਆ ਪਿੰਡ 'ਚ ਤਾਂ ਓ ਮੈਂ ਮਰਚਾਂ ਇਹਨਾਂ ਦਾ ਘਰੇ ਪਤਾ ਹੂ ਸਾਰਿਆਂ ਨੂੰ ਪਤਾ ਹੀ ਹੁਣਾ ਹੁਣ ਪਤਾ ਬਿਨਾ ਪਤੇ ਤੋਂ ਬਣਾਉਂਦੀ ਆ ਜਦੋਂ ਘਰੇ ਬਣਾਉਂਦੀ ਆ ਸਾਹਮਣੇ ਅਗਲੇ ਦੇ ਪਤਾ ਹੀ ਆ ਵੀ ਸਾਡੀ ਬਹੂ ਕੀ ਹੋ ਕਰਦੀ ਆ ਕਰਦੂਤਾ ਇਹ ਮੇਰੀ ਗੱਲ ਸੁਣ ਆ ਫੜ ਫਿਰ ਤੂੰ ਆਪਣਾ ਫੋਨ ਮੈਨੂੰ ਮੜਾ ਚਾਚੀ ਕੋਲ ਜਾ ਕੇ ਆਉਣ ਦੇ ਨਾਲ ਮੈਂ ਇਹਨੇ ਬਹੂ ਨੂੰ ਪੁੱਛ ਕੇ ਤਾਂ ਆਵਾਂ ਵੀ ਕਿਵੇਂ ਬਣਾਉਣੀ ਮੈਨੂੰ ਵੀ ਸਿਖਾ ਦੇ ਓਏ ਮੇਰੀ ਗੱਲ ਸੁਣ ਲੈ ਘਰ ਦੇ ਕੰਮ ਕੌਣ ਕਰੂਗਾ ਅਗੇ ਰੀਲਾਂ ਬਣਾਉਣ ਤੇ ਹੋ ਜੇਗੀ ਫਿਰ ਤੂੰ ਕੱਲੀ ਮੇਰੀ ਗੱਲ ਸੁਣ ਮੈਂ ਸੁਣਿਆ ਵੀ ਲੋਕ ਕਹਿੰਦੇ ਬਾਲੇ ਪੈਸੇ ਆਉਂਦੇ ਨੇ ਫਿਰ ਪੈਸੇ ਆਉਣ ਲੱਗ ਉਹਨਾਂ ਨੂੰ ਤਾਂ ਆਉਂਦੇ ਹੋਣਗੇ ਐਡਾ ਡਾ ਫੋਨ ਲਈ ਫਿਰਦੇ ਨੇ ਜਿਹੜੇ ਮੇਰੀ ਗੱਲ ਸੁਣ ਮੈਂ ਤੇਰਾ ਇਹੋ ਜਿਹਾ ਡੈਕ ਬਣਾਉਂਗਾ ਸਾਲੀ ਰੀਲਾਂ ਦੀ ਹੋਈ ਆ ਕੰਮ ਕਰ ਲੈ ਚੁੱਪ ਕਰਕੇ ਮੈਂ ਤਾਂ ਚਾਚੀ ਕੋ ਜਾ ਕੇ ਹੂੰ ਤੂੰ ਹੀ ਕਰ ਕੰਮ ਹਾਏ ਦੇਖ ਮੇਰੇ ਸਾਲੇ ਦਾ ਕਹਾਰਾ ਜਾ ਓਏ ਇਹ ਇਹ ਬਣਾਉਗੀ ਰੀਲਾਂ ਓ ਤੇਰੀ ਰੀਲ ਨਹੀਂ ਵਾਇਰਲ ਹੁੰਦੀ ਮੈਂ ਹਿੱਸੇ ਕਿਸੇ ਥਾਂ ਦੀਏ ਬੂ ਮੈਂ ਮਰ ਜਾ ਜੇ ਆਹ ਗੱਲ ਸੱਚ ਹੋਈ ਵੀ ਉਹ ਵੀਡੀਓ ਅੰਜਲੀ ਦੀ ਹੈਗੀ ਫੇਰ ਦੱਸ ਕੀ ਬਣੂਗਾ ਜਦੋਂ ਇੱਥੇ ਪਿੰਡ 'ਚ ਪਹੁੰਚ ਗਈ ਉਹਦੇ ਸਹੁਰਿਆਂ ਨੂੰ ਵੀ ਪਤਾ ਲੱਗ ਸਕਦਾਗਾ ਕੀ ਹੋ ਗਿਆ ਕੁਛ ਨਹੀਂ ਖੇਤ ਜਾਣੇ ਹੋ ਹਾਂ ਮੈਂ ਤਾਂ ਖੇਤ ਜਾਣਾ ਤੂੰ ਜਾਏ ਗੁਰਦੁਆਰਾ ਸਾਹਿਬ ਹਾਂ ਗੁਰਦੁਆਰਾ ਸਾਹਿਬ ਤਾਂ ਮੈਂ ਮੱਥਾ ਟੇਕਿਆ ਹੀ ਆਹ ਤੁਹਾਨੂੰ ਇੱਕ ਗੱਲ ਕਹਿੰਦੀ ਸੀ ਉਹ ਕੀ ਗੱਲ ਹੋ ਗਈ ਸੁੱਖ ਤਾਂ ਹੈ ਉਹ ਸੁੱਖ ਤਾਂ ਹੈ ਮੈਨੂੰ ਤਾਂ ਇੱਥੇ ਮੇਰੀ ਗੱਲ ਸੁਣ ਪਿੰਡ ਚ ਉਹ ਉਹਨਾਂ ਦੀ ਗੇਲੀ ਕੀ ਕੁੜੀ ਨਾ ਐ ਕਹਿੰਦੀ ਸੀ ਕਹਿੰਦੀ ਥੋ ਡੀ ਐਨ ਜਲੀ ਦੀ ਵੀਡੀਓ ਆ ਗਈ ਫੋਨ ਤੇ ਕੋਈ ਓਹੋ ਉਹੀ ਡਰਾਤਾ ਸੀ ਪਤੰਦਰ ਨਹੀਂ ਮੈਂ ਆਖਿਆ ਪਤਾ ਨਹੀਂ ਕੀ ਗੱਲ ਹੋ ਗਈ ਫੋਨ ਤੇ ਵੀਡੀਓ ਹੈ ਫੇਰ ਕਿੱਡੀ ਗੱਲ ਹੈ ਲੈ ਆਖੇ ਕਿੱਡੀ ਕ ਗੱਲ ਹੈ ਆਖੇ ਉਹਦਾ ਬਾੜੀਆਂ ਵੀਡੀਓ ਪਾਉਂਦੀ ਹੈ ਬਾੜੀ ਵਾਇਰਲ ਹੋਈ ਪਈਏਗੀ ਤੇ ਮੈਨੂੰ ਆ ਜਿੰਦ ਹੈ ਮੈਂ ਕਹਾਂ ਜਦੋਂ ਆਪਣੇ ਪਿੰਡ ਤੱਕ ਵੀਡੀਓ ਪਹੁੰਚ ਗਈ ਉਹਦੀ ਤੇ ਜੇ ਉਹਦੇ ਸਹੁਰਿਆਂ ਨੂੰ ਕੋਈ ਗੱਲ ਪਤਾ ਲੱਗੀ ਮੈਨੂੰ ਇਹ ਹੈ ਕਿਤੇ ਉਹਦਾ ਰਿਸ਼ਤਾ ਨਾ ਖਰਾਬ ਹੋ ਜੇ ਕਿਸੇ ਗੱਲ ਕਰਕੇ ਅੱਛਾ ਅੱਛਾ ਮੈਂ ਸਮਝ ਗਿਆ ਵੀਡੀਓ ਕਿਸੇ ਚੀਜ਼ ਤੇ ਪਾਤੀ ਉਹਨੇ ਹਾਂ ਕੋਈ Insta Instagram ਹੈ ਉਹਦੇ ਤੇ ਵੀਡੀਓ ਪਾ ਰੱਖੀ ਐ ਇੱਕ ਨਹੀਂ ਹੋਣੇ ਤਾਂ ਮੈਨੂੰ ਵਾਲੀਆਂ ਵੀਡੀਓ ਦਿਖਾਈਆਂ ਮੇਰਾ ਤਾਂ ਉਦੋਂ ਦਾ ਨਾ ਫੂਸ ਹੀ ਉੱਡਿਆ ਪਿਆਗਾ ਮੈਂ ਕਿ ਜੀ ਉਹਦੇ ਸਹੁਰਿਆਂ ਨੂੰ ਕੋਈ ਗੱਲ ਪਤਾ ਲੱਗੀ ਅਗਲਾ ਕੀ ਸੋਚੂਗਾ ਵੀ ਲੈ ਹੀ ਵੀਡੀਓ ਪਾਉਂਦੀ ਐ ਉਹਦੇ ਦਿਮਾਗ ਤੇ ਪਤਾ ਨਹੀਂ ਕੀ ਠੀਕਰਾ ਮੁੱਦਾ ਵੱਜਿਆ ਆਪਣੀ ਕੁੜੀ ਦੇ ਮੇਰੀ ਗੱਲ ਸੁਣਾ ਕਾਹਨੂੰ ਰੌਲਾ ਪਾਉਣੀ ਐ ਆ ਜਾ ਪਕਰੇ ਜਾ ਕੇ ਗੱਲ ਕਰਦੇ ਆ ਸਾਰੀ ਹਾਂ ਤੂੰ ਆ ਫੋਨ ਤੇ ਅੱਗ ਲਾ ਲਾ ਦੇਖ ਤਾਂ ਲੈ ਚਲ ਕੋਈ ਨਹੀਂ ਆ ਜਾ ਘਰੇ ਦੇਖ ਲੈ ਇੱਥੇ ਨਹੀਂ ਮੈਨੂੰ ਤਾਂ ਹਜੇ ਤੱਕ ਯਕੀਨ ਨਹੀਂ ਆਉਂਦਾ ਵੀ ਇਹ ਆਪਣੀ ਅੰਜਲੀ ਹੈ ਯਕੀਨ ਤਾਂ ਮੈਨੂੰ ਵੀ ਨਹੀਂ ਆਇਆ ਸੀ ਮੈਨੂੰ ਤਾਂ ਚਿੰਤਾ ਹੁਣ ਇਸ ਗੱਲ ਦੀ ਹੈ ਵੀ ਇਹਦੇ ਸਹੁਰੇ ਕੀ ਕਹਿਣਗੇ ਜੇ ਤੂੰ ਸਹੁਰੇ ਕੋਈ ਰੀਲ ਬਣਾਉਣੀ ਹੈ ਚੱਜ ਦੇ ਕੱਪੜੇ ਪਾ ਕੇ ਬਣਾ ਲੈ ਦੁਣਗੇ ਬਣਾਉਂਦੀ ਹੈ ਇਹਦਾ ਮਤਲਬ ਇਹ ਤਾਂ ਨਹੀਂ ਵੀ ਅੱਧੇ ਵਿਚ ਅੱਧੇ ਕੱਪੜਿਆਂ ਜੇ ਤੋ ਸੀ ਰੀਲਾਂ ਬਣਾਈ ਜਾਓ ਉਹਦੇ ਸਹੁਰੇ ਦੱਸ ਕੀ ਕਹਿਣਗੇ ਓਏ ਹੋਰ ਯਾਰ ਮੈਨੂੰ ਤਾਂ ਐਂ ਸ਼ਰਮ ਆਈ ਜਾਂਦੀ ਹੈ ਵੀ ਉਹਨਾਂ ਦੇ ਘਰੇ ਕਿਹੜਾ ਮੂੰਹ ਲੈ ਕੇ ਬੜੂੰਗਾ ਮੈਂ ਉਹਨੂੰ ਨਹੀਂ ਪਤਾ ਵੀ ਕੱਲ ਨੂੰ ਕੋਈ ਗੱਲ ਪਤਾ ਲੱਗੀ ਤੇ ਮੇਰੇ ਨਾਲ ਬਣੂਗਾ ਕੀ ਨਾ ਕੋਈ ਸੱਸ ਸਹੁਰੇ ਦੀ ਸੰਗ ਸ਼ਰਮ ਮੰਨਦੀ ਐ ਮੈਨੂੰ ਐ ਨਹੀਂ ਸਮਝਉਂਦੀ ਉਹਨੂੰ ਪਰੌਣਾ ਜਿਹਾ ਹਟਾਉਂਦਾ ਕਿਉਂ ਨਹੀਂ ਹੈਗਾ ਉਹ ਕੀ ਪਤਾ ਹੈ ਉਹਨੂੰ ਹਰਜੀਤ ਨੂੰ ਪਤਾ ਹੀ ਹੋਵੇ ਚਾਹੇ ਪਤਾ ਵੀ ਐ ਫਿਰ ਇਹ ਕੀ ਮਤਵਲ ਵੀ ਠਾਕਾ ਨੰਗੀਆਂ ਕਰ ਕਰ ਵੀਡੀਓ ਬਣਾਓ ਸਿੱਧਾ ਸੂਟ ਪਾ ਕੇ ਤੂੰ ਵੀਡੀਓ ਬਣਾ ਲੈ ਚਲ ਕੋਈ ਗੱਲ ਨਹੀਂ ਸ਼ੌਂਕ ਐ ਤੀ ਪੁੱਤ ਦਾ ਕੋਈ ਚਲ ਪਾ ਲਈ ਨਾਲੇ ਰੋਜ ਪਾਉਣ ਨੂੰ ਕੀ ਹੋਇਆ ਉਹ ਯਾਰ ਇਹ ਸ਼ੌਂਕਾਂ ਨੂੰ ਕੀ ਗੱਡਾ ਖੜਾਏਗਾ ਇੱਕ ਆਦੇ ਸ਼ੌਂਕ ਨੇ ਇਹੇ ਤਾਂ ਸੰਸਕਾਰ ਹੀ ਨਹੀਂ ਦਿੱਤੇ ਆਪਾਂ ਉਹਨੂੰ ਹੋਰ ਹੁਣ ਚੰਗੇ ਘਰਾਂ ਦੇਤੀ ਪੁੱਤਾਂ ਵਾਲੇ ਲੱਛਣ ਐ ਇਹ ਕੋਈ ਨਾ ਪੁੱਤੇ ਦੇ ਵੀ ਤੂੰ ਕੀ ਕਰੀ ਜੈਨੀ ਆ ਸਾਡੀ ਕਰੀ ਕਰਾਈ ساری ਉਮਰ ਦੀ ਤੂੰ ਖੇਚ ਪਾਏਂਗੀ ਅਗਲਾ ਕਹਿੰਦਾ ਲੈ ਮਾਂ ਨਹੀਂ ਸੀ ਸਰਤੇ ਖਣੀ ਪਰਜਾਈ ਨਹੀਂ ਹੈ ਜੇ ਚੱਜ ਸਕੇ ਆਈਏਗੀ ਨਹੀਂ ਪਰਜਾਈ ਇਹ ਤਾਂ ਨਹੀਂ ਕਹਿੰਦੀ ਵੀ ਤੂੰ ਲੋਕਾਂ ਨੂੰ ਅੱਧੇ ਕੱਪੜੇ ਪਾ ਪਾ ਦਿਖਾ ਮੈਨੂੰ ਤਾਂ ਇਹ ਹੀ ਨਹੀਂ ਸਮਝ ਆਉਂਦੀ ਪਹਿਲਾਂ ਤਾਂ ਉਹ ਕਦੇ ਵੀ ਨਹੀਂ ਬਣਾਉਂਦੀ ਸੀ ਵੀਡੀਓ ਵੀਡੀਓ ਹੁਣ ਉਹ ਨੂੰ ਪਤਾ ਨਹੀਂ ਕਿੱਥੋਂ ਸ਼ੌਂਕ ਜਾਗ ਪਿਆ ਨਾਲੇ ਸਾਰਿਆਂ ਮੇਰੀ ਗੱਲ ਸੁਣਾ ਦੇ ਆਪਦੇ ਕਮਰੇ ਜੇਚੀ ਬਣਾਵਣਾ ਪਾਈ ਜਾਂਦੀ ਹੈ ਵੀਡੀਓ ਮੈਨੂੰ ਲੱਗਦਾ ਉਹਦੇ ਸੱਸ ਸਹੁਰੇ ਨੂੰ ਪਤਾ ਨਹੀਂ ਬਾਈ ਇਹ ਗੱਲ ਦਾ ਯਾਰ ਲੈ ਕਹਿੰਦੀ ਸੱਸ ਸਹੁਰੇ ਨੂੰ ਪਤਾ ਨਹੀਂ ਆਏ ਫਿਰ ਹੁਣ ਕੋਈ ਪੱਟੀ ਤਾਂ ਨਹੀਂ ਬੰਨੀ ਉਹਨਾਂ ਦੀਆਂ ਅੱਖਾਂ ਤੇ ਪਤਾ ਹੀ ਹੋ ਉਹਨਾਂ ਨੂੰ ਉਹ ਜਦੋਂ ਆਪਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੂੰ ਬਜ਼ਾਰਿਆਂ ਨੂੰ ਕੀ ਪਤਾ ਤੂੰ ਦੇਖ ਲਈ ਇੱਕ ਨਾ ਇੱਕ ਦਿਨ ਇਸ ਗੱਲ ਦਾ ਰੌਲਾ ਪਊਗਾ ਮੈਂ ਤਾਂ ਬਲਾਈ ਚਿੰਤਾ ਹੋਈ ਪਈ ਹੈਗੀ ਜਦੋਂ ਆਪਣੇ ਸਾਰੇ ਪਿੰਡ ਦੇ ਵਿੱਚ ਗੱਲ ਲੁੱਡੀ ਪਈਏਗੀ ਉਹ ਤਾਂ ਮੈਨੂੰ ਗੱਲ ਕਹਿਣ ਲੱਗੀ ਕਹਿੰਦੀ ਹੈਗਾ ਲੈ ਤੁਸੀਂ ਦੇਖੀ ਅੰਜਲੀ ਹੁਰੇ ਤਾਂ ਇੰਨੀ ਵਧੀਆ ਰਹਿੰਦੀ ਹੁੰਦੀ ਸੀ ਉੱਥੇ ਜਾ ਕੇ ਥੋੜੀ ਕੁੜੀ ਸ਼ਾਰਟ ਕੱਪੜੇ ਮਖਾ ਹੈ ਉਹ ਲੋਕਾਂ ਨੇ ਤਾਂ ਬਾਈ ਫਿਰ ਗੱਲਾਂ ਲਾ ਲਾ ਕੇ ਕਹਿਣੀਆਂ ਹੁੰਦੀਆਂ ਨੇ ਲੋਕ ਦਾ ਸੁਆਦ ਲੈਂਦੇ ਨੇ ਇਹ ਗੱਲਾਂ ਦਾ ਮਾੜੀ ਜੀ ਮੇਰੀ ਗੱਲ ਸੁਣ ਗੱਲੀ ਗੱਲੀ ਨਾ ਪਰਮਣੇ ਨੂੰ ਫੋਨ ਲਾ ਕੇ ਪੁੱਛ ਕਹ ਕਿਵੇਂ ਆ ਬਾਈ ਕੀ ਪਤਾ ਕੋਈ ਗੱਲ ਦੱਸੇ ਜਾਂ ਕੁਛ ਵੀ ਹੈ ਤੇ ਫਿਰ ਜੇ ਕੋਈ ਕਹਿਣ ਲੱਗਿਆ ਕਹ ਪਾਈ ਦੇਖ ਗੱਲਾਂ ਸੁਣ ਵੀ ਉਹਨੂੰ ਕਹ ਕੁੜੀ ਨੂੰ ਵੀ ਐਵੇਂ ਦੇਖ ਆ ਰੀਲਾ ਰੁਲਾਣੀ ਪਾਉਣਾ ਦੇਖ ਲੈ ਹੁਣ ਮੈਂ ਕਦੇ ਉਹਨੂੰ ਕੁਝ ਨਹੀਂ ਕਿਹਾ ਹੈਗਾ ਜਿਹੜੀ ਚੀਜ਼ ਉਹਨੇ ਮੰਗੀ ਉਹਨੂੰ ਪਹਿਲੇ ਬੋਲ ਲਿਆ ਕੇ ਦਿੱਤੀ ਪਰ ਜੇ ਆਹ ਗੱਲ ਹੋਈ ਨਾ ਉਹਦੇ ਮੈਂ ਛੱਤਰ ਲਾਉਂਗਾ ਚੱਲ ਕੋਈ ਨਹੀਂ ਛੱਤਰ ਲਾਉਣ ਵਾਲਾ ਤਾਂ ਕੋਈ ਗੱਲ ਨਹੀਂ ਮੈਂ ਕਰਦੀ ਅੰਜਲੀ ਨੂੰ ਫੋਨ ਮੈਂ ਪੁੱਛਨੀ ਆ ਵੀ ਪਾਈ ਆਹ ਕੀ ਗੱਲ ਹੈ ਕੀ ਗੱਲ ਸੁਣਦੇ ਆਂ ਸੀ ਚੰਗੀ ਗੱਲ ਐ ਇਹ ਤੇ ਮੇਰੀ ਗੱਲ ਸੁਣ ਆਪਾਂ ਫੋਨ ਨਹੀਂ ਲਾਉਂਦੇ ਹੈਗੇ ਆਪਾਂ ਚੱਲ ਕੇ ਆਉਂਦੇ ਹਾਂ ਉਹਨਾਂ ਕੋਲ ਚਾਲ ਕੋਈ ਨਹੀਂ ਚੱਲੇ ਆਉਣੇ ਹਰਖੀ ਨਾ ਕਈ ਵਾਰ ਕੀ ਪਤਾ ਕਰੇ ਗੱਲ ਨਾ ਪਤਾ ਹੋਵੇ ਆਪਾਂ ਅੰਦਰ ਬੈਠ ਕੇ ਸਮਝਾਇਆ ਵਾਂ ਗੋ ਨੂੰ ਵੀ ਭਾਈ ਸਾਰਾ ਕੁਝ ਸਾਹ ਡਿਲੀਟ ਮਾਰ ਦੇ ਬਸ ਹਾਂ ਗੱਲ ਸਹੀ ਹੈ ਇਹਦਾ ਕੀ ਹੈਗਾ ਇਹਨੂੰ ਤੂੰ ਬੰਦ ਕਰ ਦੇ ਬਸ ਹਾਂ ਤੂੰ ਦੱਸ ਕੋਈ ਕੋਈ ਤੈਨੂੰ ਕਮੀ ਹੈ ਕਿ ਸਜੀਤ ਦੀ ਕਿਉਂ ਐਵੇਂ ਉਹ ਕਰੀ ਜਾਨੀ ਸਾਡੀ ਬੇਇੱਜ਼ਤੀ ਕਰਾਉਣੀ ਆ ਨਾਲੇ ਸਭਰਿਆਂ ਦੀ ਬੇਇੱਜ਼ਤੀ ਨਾਲੇ ਆਪਣੇ ਰਸਤੇਦਾਰ ਮਾਮੇ ਵਰਗੇ ਕੀ ਕਹਿਣਗੇ ਜੀ ਮਾਮੇ ਵਰਗੇ ਕੋਲ ਗੱਲ ਬਾਤ ਉਹ ਹੀ ਤਾਂ ਗੱਲ ਹੈ ਮੈਨੂੰ ਤਾਂ ਇਸੇ ਚੀਜ਼ ਦੀ ਚਿੰਤਾ ਹੋਈ ਪਈ ਹੈ ਵੀ ਮੈਂ ਕੀ ਦੱਸੂਗਾ ਲੋਕਾਂ ਨੂੰ ਹੋਰ ਹੁਣ ਸਾਰੀ ਗੱਲ ਹੀ ਆਪਣੇ ਤੇ ਆਉ ਅਗਲਾ ਕਹਿੰਦਾ ਜੇ ਮਾਂ ਪਿ ਕਮਲ ਜੇ ਤੂੰ ਪੜ੍ਹੀ ਲਿਖੀ ਹੈਗੀ ਐ ਕੀ ਕਰੀ ਜਾਨੀ ਐ ਮੈਂ ਤਾਂ ਇਹੀ ਨਹੀਂ ਸਮਝਾ ਰਹੀ ਯਾਰ ਚਲ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਤੇ ਆ ਕਰ ਲਾਂ ਮੈਂ ਮਾੜਾ ਜਿਹਾ ਕੰਮ ਧੰਦਾ ਜਿਹਾ ਪਸ਼ੂ ਨੂੰ ਸੱਣੀ ਸੁਣਨੀ ਜੇ ਰਲਾ ਕੇ ਵਗ ਜਾਗੇ ਤੇ ਆਪਾਂ ਦੋ ਘੰਟੇ ਚ ਜਾ ਕੇ ਮੁੜੇ ਹੁੰਨੇ ਚਲ ਦੇਖੇ ਪੈਨੇ ਪਸ਼ੂ ਤੂੰ ਜਿਹੜਾ ਕੋਈ ਜੋੜਾ ਜੁੱਤੀ ਪਾਉਣਾ ਪਾ ਤੇ ਆ ਚੱਲੀਏ ਆਪਾਂ ਚਲ ਕੋਈ ਨਹੀਂ ਪਾਏ ਪੈਨੇ ਜੋੜੇ ਜੁੱਤੀ ਹੁਣ ਇਹ ਜਿਹੇ ਕਿਹੜੇ ਸੋਚਦੇ ਨੇ ਬਸ ਮੇਰੇ ਤਾਂ ਪਾਏ ਹੋਇਆ ਕੱਪੜੇ ਚੱਲ ਵਗ ਚੱਲਦੇ ਆ ਫੇਰ ਚਲ ਫਿਰ ਆ ਜਾ ਚਾਚੀ ਮੈਂ ਤੈਨੂੰ ਕਿੰਨੀ ਵਾਰੀ ਕਹਿ ਕੇ ਗਈ ਸੀ ਵੀ ਥੋਡੀ ਬਹੂ ਨੂੰ ਨਾ ਸਮਝਾ ਕੇ ਰੱਖ ਆ ਪਵਾਰਤੀ ਨਾ ਤੁਹਾਡੇ ਸਿਰ 'ਚ ਸਵਾਹ ਕੀ ਗੱਲ ਕੁੜੇ ਕੀ ਸਵਾਹ ਪਵਾਰਤੀ ਸਾਡੇ ਸਿਰ 'ਚ ਹਾਂ ਜਿਹੜਾ ਕੁਛ ਮੂੰਹ ਚ ਆਈ ਜਾਣਾ ਉਹੀ ਬੋਲੀ ਜਾਨੀ ਐ ਨਾ ਸਾਡੀ ਬਹੂ ਨੇ ਤਾਂ ਸਾਡਾ ਮੁੰਡਾ ਹੀ ਮਗਰ ਲਾਇਆ ਸੀ ਆ ਥੋਡੀ ਬਹੂ ਨੇ ਸਾਰਾ ਪਿੰਡ ਮਗਰ ਲਾ ਰੱਖਿਆ ਖਬਰਦਾਰ ਹੋ ਜੀਂ ਜੇ ਵੱਧ ਘੱਟ ਬੋਲੀ ਐਗੀ ਸਾਡੀ ਬਹੂ ਦੇ ਵਾਲਿਓ ਪੈਰ ਨਹੀਂ ਬਾਹਰ ਪਾਉਂਦੀ ਹੈਗੀ ਨੂੰ ਇਹੋ ਮੇਰੀ ਇਸ ਘਰ ਦੀ ਇੱਜ਼ਤ ਐ ਗੱਲ ਕਹਿਣ ਦੀ ਵੀ ਰਾਹ ਰਾ ਸਿਰ ਦੀ ਹੁੰਦੀ ਐ ਕਹੀਂ ਕੀ ਜਾਨੀ ਐ ਇਹ ਸੋਚ ਲੈ ਪਹਿਲਾਂ ਕਿਸੇ ਆਂਢੀ ਗਮਾਂਢੀ ਦੀ ਗੱਲ ਨਹੀਂ ਕਰਦੀ ਮੇਰੀ ਨੂਹ ਦੀ ਗੱਲ ਕਰੀ ਜਾਨੀ ਐ ਤੂੰ ਥੋੜੀ ਨੂਹ ਦੀ ਗੱਲ ਕਰਦੀਆਂ ਆ ਠੁਮਕੇ ਲਾਉਂਦੀ ਫਿਰਦੀ ਐ ਜਿਹੜੀ ਹੱਦ ਹੋ ਗਈ ਠੁਮਕੇ ਲਾਉਂਦੀ ਫਿਰਦੀ ਐ ਕਿੱਥੇ ਲਾਉਂਦੀ ਫਿਰਦੀ ਐ ਠੁਮਕੇ ਪੁੱਕੀ ਜਾਨੀ ਆ ਉਹੀ ਨਾ ਤੁਸੀਂ ਦੇਖਿਆ ਹੀ ਨਹੀਂ ਆ ਸਾਰੇ ਕੋਲ ਤਾਂ ਮੋਬਾਈਲਾਂ ਤੇ ਆ ਰਹੀ ਐ ਸਾਰੇ ਤਾਂ ਲੋਕ ਗੱਲਾਂ ਕਰਦੇ ਨੇ ਤੁਹਾਨੂੰ ਅੰਦਰ ਬੈਠੇ ਨੂੰ ਪਤਾ ਹੀ ਨਹੀਂ ਐ ਕਿਉਂ ਚਲਾਕ ਬਣਦੀ ਹੁੰਨੀ ਐ ਚਾਚੀ ਹਾਂਜੀ ਮੇਰੇ ਤਾਂ ਕੁਝ ਸਮਝ ਚ ਨਹੀਂ ਆਉਂਦੀ ਗੱਲ ਨਹੀਂ ਤੂੰ ਕਹੀਂ ਕੀ ਜਾਨੀ ਐ ਮੇਰੇ ਨਹੀਂ ਪੱਲੇ ਪੈਂਦੀ ਤੇਰੀ ਗੱਲ ਕਿਤੇ ਤੇਰਾ ਦਿਮਾਗ ਦਮੂਕ ਤਾਂ ਨਹੀਂ ਹਿੱਲ ਗਿਆ ਦਿਮਾਗ ਤਾਂ ਮੇਰਾ ਨਹੀਂ ਹੱਲਿਆ ਚਾਚੀ ਤੇਰਾ ਹੱਲੂਗਾ ਤੂੰ ਜੇ ਨਹੀਂ ਕੁਝ ਦੇਖਿਆ ਲੈ ਮੈਂ ਦਿਖਾਵਾਂ ਤੈਨੂੰ ਤੈਨੂੰ ਪਤਾ ਆਪੇ ਲੱਗ ਜਾਊਗਾ ਲੈ ਆ ਮੈਂ ਤੈਨੂੰ ਦਾਂ ਆਹ ਦੇਖ ਚਾਚੀ ਆ ਤੁਹਾਡੀ ਬਹੂ ਨਹੀਂ ਹਏ ਮੈਂ ਮਰ ਜਾ ਕੁੜੇ ਬਹੂ ਤਾਂ ਇਹ ਸਾਡੀ ਐ ਖੜ ਜਾ ਹੋਰ ਵੀ ਦਿਖਾਉਣ ਬਾਲੀਆਂ ਨੇ ਤਾਂ ਆ ਦੇਖ ਪੈਂਟਾਂ ਚ ਇਹ ਬੂ ਮੈਂ ਇਹ ਨਹੀਂ ਇਹ ਤਾਂ ਹੈ ਹੀ ਨਹੀਂ ਇਹਦੇ ਕੋਲੇ ਕੱਪੜੇ ਕਦੋਂ ਪਾ ਲੈਂਦੀ ਐ ਕਿੱਥੇ ਪਾਉਂਦੀ ਐ ਕੁੜੇ ਇਹ ਦੇਖ ਮੈਨੂੰ ਕੀ ਪਤਾ ਹੈ ਆ ਥੋੜਾ ਜਿਹਾ ਕਮਰਾ ਅੰਦਰਲਾ ਬੂਨੀ ਅੱਡਾਟੇ ਡੰਨਾਂ ਕਾ ਬੂਨੀ ਲੱਗਤਾ ਅੱਡੀਆਂ ਨੰਗੀਆਂ ਬਾਗ ਰੂ ਬਾਗ ਰੂ ਕੁੜੇ ਨਾ ਚਾਚੀ ਤੈਨੂੰ ਪਤਾ ਹੀ ਨਹੀਂ ਨਹੀਂ ਮੈਨੂੰ ਕਿੱਥੇ ਪਤਾ ਗਲੌਣੇ ਦਾ ਨਾ ਇਹ ਤੇਰੇ ਤੇਰੇ ਕੋਲ ਹੀ ਐ ਇਹਨੂੰ ਬੰਦ ਕਰ ਦੇ ਕੁੜੇ ਲੈ ਮੇਰੇ ਕੋਲ ਕਿੱਥੇ ਨੇ ਚਾਚੀ ਇਹ ਤਾਂ ਸਾਰਿਆਂ ਦੇ ਫੋਨਾਂ 'ਚ ਆ ਰਹੀਆਂ ਨੇ ਬੂਮਾ ਮਰ ਜਾ ਸਾਰਿਆਂ ਕੋਲੇ ਵਗ ਗਈ ਹੋਰ ਸਾਰਿਆਂ ਕੋਲ ਵਗ ਜਾਂਦੀ ਜਿਵੇਂ ਆਹ ਕੀ ਕੋਈ ਖਬਰ ਨਹੀਂ ਸਾਰਿਆਂ ਕੋਲ ਵਗ ਜਾਂਦੀ ਐ ਜਦੋਂ ਨੈਟ ਤੇ ਚੜ ਜੇ ਸਾਰਿਆਂ ਕੋਲ ਵਗ ਜਾਂਦੀ ਐ ਤਾਂ ਹਾਏ ਬੇਰੱਬਾ ਆ ਦੇਖ ਵੱਡਣੀ ਨੇ ਬੂ ਬੂ ਉਸਕਾ ਆਤਮੇ ਨੱਚਦੀ ਹੈ ਹਾਈ ਵਾਹ ਪਟ ਨੰਗੇ ਟੱਡ ਵੀ ਬੂ ਮੈਂ ਮਰ ਜਾ ਬੂ 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 ਨਹੀਂ ਹਾਈ ਤੁਮ ਕੇ ਲਾਉਂਦੀ ਹੈ ਲੈ ਮੇਰੇ ਚਾਚੇ ਨੂੰ ਪਤਾ ਲੱਗ ਗਿਆ ਨਹੀਂ ਬੂ ਘਰੋਂ ਕੱਢ ਦੂ ਨਹੀਂ ਫੜ ਲੈ ਨਹੀਂ ਫੜ ਨਹੀਂ ਕੁੜੇ ਅੰਜਲੀ ਉਰੇ ਆ ਕੁੜੇ ਬੂ ਅੰਦਰ ਬੜੀ ਬੈਠੀ ਹੈ ਮੈਨੂੰ ਕੀ ਪਤਾ ਵੀ ਅੰਦਰ ਇਹ ਕੀ ਕਰੀ ਜਾਂਦੀ ਹੈਗੀ ਬਾਗਰੂ ਬਾਗਰੂ ਬਾਹਰ ਤਾਂ ਸੂਟ ਪਾ ਕੇ ਨਿਕਲਦੀ ਹੈ ਹਾਂ ਮਾਂ ਉਰੇ ਆ ਕੁੜੇ ਹੋਰ ਕਿਵੇਂ ਆ ਠੀਕ ਹੈ ਵਧੀਆ ਤੂੰ ਦੱਸ ਵਧੀਆ ਵਧੀਆ ਬੂਤਾ ਜੰਕਾ ਠੀਕ ਹੈ ਮੇਰੀ ਗੱਲ ਸੁਣ ਲੈ ਜਿਹੜੀ ਮੈਂ ਕਹਿਣੀ ਆ ਆਹਾ ਆ ਮੋਬਾਈਲ ਚਾ ਕੀ ਕੁਸ ਨੱਚ ਨੱਚ ਕੇ ਕੀ ਕੁਸ ਕਰੀ ਜਾਨੀ ਐ ਅੱਧੀਆਂ ਤਾਂ ਤੇਰੀਆਂ ਲੱਤਾਂ ਨੰਗੀਆਂ ਨੇ ਢਿੱਡ ਤੇਰਾ ਨੰਗਾ ਆ ਦੇਖ ਬਾਹਾਂ ਬੂਮਾ ਮਰ ਜਾ ਬਿਨਾ ਬਾਹਾਂ ਵਾਲੀ ਆ ਲੈ ਅੱਛਾ ਹੇ ਤਾਂ ਮੇਰੀ ਨਾ ਵੀਡੀਓ ਸੀਗੀ ਦੇਖ ਵਾ ਕਿੰਨੀ ਵਾਇਰਲ ਹੋਈ ਐ ਲੋਕਾਂ ਨੇ ਕਿੰਨੀ ਪਸੰਦ ਕੀਤੀ ਐ ਤੂੰ ਵੀ ਕੱਢ ਲੈ ਮੇਰਾ ਅਕਾਊਂਟ ਵਾਇਰਲ ਹੋ ਰਹੀ ਐ ਮਤਲਬ ਮੇਰੀ ਵੀਡੀਓ ਮੇਰੀ ਗੱਲ ਸੁਣ ਲੈ ਦੰਗ ਨਾ ਕੱਢ ਕਿਵੇਂ ਕਰਦੀ ਐਗੀ ਕੀ ਹੋ ਗਿਆ ਹੋਇਆ ਹੀ ਨਹੀਂ ਹਲੇ ਕੋਸ ਲੋਕਾਂ ਕੋਲੇ ਸਭ ਕੋਲੇ ਬਾਗੀ ਨਹੀਂ ਜਾਏ ਬੱਟਕੇ ਨਹੀਂ ਅਸੀਂ ਕਿਵੇਂ ਬਾਹਰ ਨਿਕਲਾਂਗੇ ਬੂਹੇ ਮੈਂ ਮਰ ਜਾ ਲੋਕ ਉਂਗਲਾਂ ਕਰਨਗੇ ਆਖਣਗੇ ਬੂ ਇਹਨਾਂ ਦੀ ਬਹੂ ਹੈ ਇਹਨਾਂ ਦੀ ਬਹੂ ਹੈ ਸਾਨੂੰ ਤਾਂ ਇਸ ਗੱਲ ਦਾ ਅੱਗ ਲਾਉਣੇ ਦਾ ਪਤਾ ਹੀ ਨਹੀਂ ਮੇਰੀ ਗੱਲ ਸੁਣ ਲੈ ਆਪ ਫੋਨ ਜਾਂ ਲੱਗਾਉਣਾ ਭੰਦੇ ਮਾਰ ਤਰਤੀ ਨਾਲ ਕੰਦ ਚ ਮਾਰਨ ਨਾਲ ਹਾਚੀ ਹੱਥ ਮੇਰੀ ਗੱਲ ਮੇਰੀ ਤਾਂ ਗੱਲ ਸੁਣ ਲੈ ਤੁਹਾਡੇ ਵਾਲਾ ਤਾਂ ਫੋਨ ਭੰਨਨ ਦੋਗੇ ਜਿਹੜੇ ਲੋਕਾਂ ਨੇ ਫੋਨ ਚਾਹੀਏ ਉਹ ਕਿਉਂ ਭੰਨੋਂਗੇ ਨਹੀਂ ਇਹ ਬੰਦ ਨਹੀਂ ਹੁੰਦੀ ਹੁਣ ਮਾਂ ਮੇਰੀ ਗੱਲ ਸੁਣ ਸਾਰੇ ਲੋਕ ਆਏ ਕਹਿੰਦੇ ਇਹ ਉਹਨਾਂ ਦੀ ਬਹੂ ਹੈ ਉਹਨਾਂ ਦੀ ਬਹੂ ਹੈ ਮਤਲਬ ਕੀ ਹੋਏ ਕਹਿੰਦੇ ਨੇ ਵੀ ਕਿੱਡੀ ਫੇਮਸ ਹੈ ਇਹ ਹੁਣ ਵੀ ਦੁਨੀਆ ਜਾ ਹੁਣ ਵੀ ਐਂ ਕਹਿੰਦੇ ਨੇ ਵਿਆਹ ਹਰਜੀਤ ਦੀ ਬਹੂ ਦੀਆਂ ਫੋਟੋਆਂ ਦੇਖ ਲਓ ਮੈਂ ਤਾਂ ਕਰਮੇ ਨੇ ਅੱਜ ਦਿਖਾਈਆਂ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਮਿੰਟ ਚ ਫੇਮਸ ਹੋ ਗਈ ਮੈਂ ਇਹ ਤਾਂ ਕਾਮਯਾਬੀ ਹੁੰਦੀ ਹੈ ਬੰਦੇ ਦੀ ਤੂੰ ਮੇਰੀ ਤਾਂ ਗੱਲ ਸੁਣ ਲੈ ਮੈਂ ਹਰਜੀਤ ਨੂੰ ਪਤਾ ਹੈ ਹਾਂ ਪਤਾ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਤਾਂ ਬਣਾਉਣੀ ਆ ਉਹ ਕੁਝ ਨਹੀਂ ਕਹਿੰਦਾ ਉਹਨਾਂ ਨੇ ਕੀ ਕਹਿਣਾ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਕੁੜੀਏ ਗੁੱਤ ਪਟਕੇ ਤੇਰੀ ਕਰੋ ਬਾਹਰ ਕੱਢ ਦੂਗਾ ਮੈਂ ਤੈਨੂੰ ਦੱਸਾਂ ਗੱਲ ਐਦੋਂ ਪਹਿਲਾਂ ਹਟ ਜਾ ਜੇ ਉਹਨੂੰ ਪਤਾ ਲੱਗਣ ਤੋਂ ਪਹਿਲਾਂ ਪਹਿਲਾਂ ਹਟ ਜੇਂਗੀ ਚੰਗੀ ਰਹੇਗੀ ਘਰ ਬਸਦਿਆਂ ਚ ਰਹ ਜੂਗਾ ਵੀਰ ਮਾਂ ਕੀ ਜੇ ਗੱਲਾਂ ਕਰੀ ਜਾਂਦੀਆਂ ਹੁਣ ਤਾਂ ਮੈਨੂੰ ਕਾਮਯਾਬੀ ਮਿਲੀ ਐ ਇੰਨਾ ਮੇਰਾ ਅਕਾਊਂਟ ਚੱਲਦਾ ਹੁਣ ਮੈਂ ਤੁਹਾਡੇ ਕਹਨ ਤੇ ਅਕਾਊਂਟ ਡੀਲੀਟ ਕਰਦਾ ਹੈ ਨਹੀਂ ਅੱਗ ਲਾ ਨਹੀਂ ਇਹੋ ਜੀ ਕਾਮਯਾਬੀ ਨੂੰ ਕਾਮਯਾਬੀ ਮਿਲੀ ਐ ਬੜਾ ਤਕਮਾ ਮਿਲ ਗਿਆ ਇਹਨੂੰ ਕਾਮਯਾਬੀ ਚ ਤੈਨੂੰ ਕਿਹਾ ਕੀ ਨਹੀਂ ਆ ਇਹਦੇ ਬਾਰੇ ਸਾਰਾ ਕੁਝ ਪਹਿਲਾਂ ਤੇ ਮੈਨੂੰ ਆਹ ਦੇਖ ਕਿਹਨੂੰ ਪੁੱਛੀ ਜਾਨੀ ਬੈਠੇ ਸੀ ਨਹੀਂ ਮੈਂ ਤਾਂ ਸਵੇਰੇ ਕੇ ਗੱਲ ਕਰੀ ਮੈਂ ਖਿਆ ਲੈ ਕਿੰਨੇ ਸੋਹਣੇ ਠੁਮਕੇ ਲਾਉਂਦੀ ਐ ਮੈਂ ਵੀ ਜਾ ਕੇ ਪੁੱਛ ਆਵਾਂ ਵੀਡੀਓ ਬਣਾ ਲੂੰਗੀ ਮੈਂ ਵੀ ਫਿਰ ਫਿਰ ਤੂੰ ਮੇਰੇ ਕੋਲ ਅੰਦਰ ਆ ਕੇ ਪੁੱਛ ਲੈਂਦੀ ਬੀਬੀ ਨੂੰ ਦੱਸਣ ਦੀ ਕੀ ਲੋੜ ਸੀ ਲ ਮੈਨੂੰ ਤਾਂ ਐਸੀ ਚਾਚੀ ਨੂੰ ਪਤਾ ਉਹ ਤੁਹਾਡੇ ਸਾਰੇ ਟੱਬਰ ਨੂੰ ਪਤਾ ਉਹ ਜਦੋਂ ਤੁਸੀਂ ਅੰਦਰ ਬੜ ਬੜ ਕੇ ਇੰਨੀਆਂ ਵੀਡੀਓ ਬਣਾਈ ਜਾਂਦੇ ਹੋ ਕੀ ਭੈਣੇ ਤੂੰ ਕਿਹੋ ਜਿਹੀ ਗੱਲਾਂ ਕਰਦੀ ਐ ਮਾਂ ਦੇਖ ਮੇਰੀ ਗੱਲ ਸੁਣ ਇਹ ਜੀ ਕੋਈ ਗੱਲ ਨਹੀਂ ਹੈਗੀ ਸਾਰੇ ਲੋਕ ਮੈਨੂੰ ਜਾਣਦੇ ਨੇ ਮੇਰਾ ਨਾਮ ਹੋ ਗਿਆ ਐ ਏਡੀ ਦੂਰੋਂ ਦੂਰੋਂ ਕੋਦੇ ਕਿਤੇ ਬੰਬੇ ਕੋਲਕਾਤਾ ਪਤਾ ਨਹੀਂ ਕਿਹੜੇ ਕਿਹੜੇ ਸਟੇਟਾਂ ਦੇ ਲੋਕ ਮੇਰੇ ਨਾਲ ਜੁੜੇ ਨੇ ਮੇਰੀਆਂ ਵੀਡੀਓ ਆ ਦੇਖਦੇ ਨੇ ਅੱਗੇ ਮੇਰੀ ਵੀਡੀਓ ਸਾਰੇ ਫੋਨਾਂ 'ਚ ਜਾਂਦੀ ਐ ਮੈਂ ਤਾਂ ਵਾਇਰਲ ਹੁੰਨੀ ਐ ਮੈਂ ਤਾਂ ਕਾਮਯਾਬੀ ਹਾਸਲ ਕਰ ਰੱਖੀ ਐ ਪੂਰੀ ਉਹ ਆ ਕੋ ਸੁਣਾ ਕਦੇ ਸੁਣਿਆ ਸੀ ਨਾ ਪਤਾ ਸੀ ਆ ਹੁਣ ਜਿਹੜਾ ਦੇਖੀ ਜਾਂਦੇ ਆ ਮੈਂ ਤਾਂ ਐ ਸੀ ਕਿ ਤੈ ਉਹ ਵੀ ਵੀਡੀਓ ਬਣਾ ਮੈਂ ਤਾਂ ਉਹੀ ਆਈ ਸੀ ਭੈਣੇ ਨਾਲੇ ਤੂੰ ਸ਼ਾਰਟ ਡਰੈਸਾਂ ਨਹੀਂ ਦਿਖਾਤੀਆਂ ਮੇਰੀ ਸੂਟ ਵਾਲੀਆਂ ਤੇ ਦਿਖਾ ਦਿੰਦੀ ਸੂਟ ਵਾਲੀਆਂ ਵੀ ਦਿਖਾਈਆਂ ਨੇ ਚਾਚੀ ਨੂੰ ਜਿੱਥੇ ਠੁਮਕੇ ਲਾਈ ਜੰਨੀ ਐ ਉਹੀ ਤਾਂ ਗੱਲ ਐ ਪਹਿਨੇ ਸੂਟ ਵਾਲੀਆਂ ਤਾਂ ਵਾਇਰਲ ਹੀ ਨਹੀਂ ਹੁੰਦੀਆਂ ਤਾਂ ਇਹ ਤਾਂ ਸ਼ਾਰਟ ਡਰੈਸਾਂ ਨੇ ਸ਼ਾਰਟ ਡਰੈਸ ਨੇ ਤਾਂ ਮਿੰਟ ਤੇ ਜਾਂਦੀ ਐ 24 ਘੰਟੇ ਚ ਐਂ ਵੀਊ ਦਿੰਦੀਆਂ ਦੇਖੀ ਤਾਂ ਨੀ ਜਾਏ ਵੱਡੀ ਕੱਪੜੇ ਵਾਲੀਆਂ ਹੋਰ ਤੂੰ ਵੀ ਪਾਇਆ ਕਰ ਬਾਲੀ ਸੋਣੀ ਲੱਗੇਗੀ ਮੈਂ ਮੱਚ ਜਾ ਨਾ ਪਹਿਨੇ ਮਿੰਟ ਤਾਂ ਕਰ ਮਾ ਅਧਿਕਾਰ ਮਾਰ ਕੱਢ ਦੋ ਕੀ ਗੱਲ ਮੈਂ ਕਿਉਂ ਬੇਇੱਜ਼ਤੀ ਕਰਾਂ ਮੈਂ ਲੈ ਐ ਕਿ ਬੇਇੱਜ਼ਤੀ ਵਾਲੀ ਕੀ ਗੱਲ ਐ ਇਹੀ ਤਾਂ ਤੁਹਾਨੂੰ ਅਕਲ ਨਹੀਂ ਹੁੰਦੀ ਜਨਾਨੀਆਂ ਨੂੰ ਆਪਣਾ ਸ਼ਰੀਰ ਆ ਆਪਾਂ ਕੁਛ ਮਰਜ਼ੀ ਪਾਈਏ ਲੋਕਾਂ ਦਾ ਕੀ ਅੱਛਾ ਤੁੰਨ ਮਾਰੂ ਮੈਂ ਜੰਪਲੀ ਜਾਂਨੇ ਉਹੀ ਬੋਲੀ ਜਾਂਦੀ ਐਗੀ ਤੇਰੇ ਵਰਗੀ ਐ ਉਹ ਬੇਤਾਲੀ ਹਾਂ ਗੱਲ ਤਾਂ ਥੋੜੀ ਸਹੀ ਐ ਇਹ ਸੁਹਣੀਆਂ ਨਹੀਂ ਨਾ ਲੱਗਣੇ ਮੋਟੀਆਂ ਨਾ ਤੂੰ ਤਾਂ ਬਾਹਲੀ ਸੋਹਣੀ ਐਗੀ ਨਾ ਪਹਿਨੇ ਮੈਂ ਤਾਂ ਚਾਹੇ ਮੋਟੀਆਂ ਚਾਹੇ ਪਤਲੀਆਂ ਮੈਂ ਤਾਂ ਆਪਦੇ ਘਰੇ ਠੀਕ ਆ ਮੈਂ ਕਿਉਂ ਲੋਕਾਂ ਕੋਲ ਠੁਮਕੇ ਲਾਵਾਂ ਇਹ ਤਾਂ ਥੋਣੀ ਹੱਤ ਹੋਊਗੀ ਉਹ ਸਿੱਖ ਕੇ ਤਾਂ ਵੱਜ ਜਾਂਦੀ ਰੀਲ ਲੈ ਚੁੱਪ ਕਰ ਜਾ ਕੁੜੀਏ ਮੈਂ ਤੈਨੂੰ ਦੱਸਾਂ ਗੱਲ ਚੁੱਪ ਕਰਕੇ ਆ ਮੋਬਾਈਲ ਜਾ ਸਿੱੜਦੇ ਪਰ ਅੱਜ ਤੋਂ ਬਾਅਦ ਤੇਰੇ ਹੱਥ ਜੁ ਦਿਖਣਾ ਨਹੀਂ ਚਾਹੀਦਾ ਮੈਨੂੰ ਮੈਂ ਤੇਰੇ ਭਾਈ ਪਰਜਾਈ ਨੂੰ ਕਰਦੀ ਆ ਫੋਨ ਮੈਂ ਸਾਧਦੀ ਆ ਉਹਨਾਂ ਨੂੰ ਸਿੱਧੀ ਜੀ ਗੱਲ ਹੈ ਮੇਰੇ ਕੋਲ ਤਾਂ ਜਦੋਂ ਤੱਕ ਮੈਨੂੰ ਪਤਾ ਨਹੀਂ ਸੀ ਪਤਾ ਨਹੀਂ ਸੀ ਹੁਣ ਮੈਨੂੰ ਲੱਗ ਗਿਆ ਪਤਾ ਮੈਂ ਨਹੀਂ ਇਹ ਕੁਛ ਕਰ ਦਿੰਦੀ ਵੀਰ ਹਾਂ ਮਾਂ ਪਰ ਇਹ ਤਾਂ ਐਡੀ ਗੱਲ ਹੀ ਨਹੀਂ ਹੈਗੀ ਜਿੱਦਾਂ ਤੁਸੀਂ ਹਵਾ ਬਣਾ ਰੱਖਿਆ ਇਹ ਤਾਂ ਅੱਜ ਕਰ ਸਾਰੇ ਚਲਾਉਂਦੇ ਨੇ ਮੈਂ ਕਿਹੜਾ ਕੱਲੀ ਆ ਹਾਂ ਤੇਰੇ ਭਾ ਦੀ ਨਹੀਂ ਗੱਲ ਸਾਨੂੰ ਪੁੱਛ ਕੇ ਦੇਖ ਕਾਲਜ ਤੇ ਅੱਗ ਲੱਗ ਗਈ ਮੇਰੇ ਸ੍ਰੀਕਣੀ ਜਦੋਂ ਇੰਨਾ ਕੁਝ ਬੋਲ ਕੇ ਗਈ ਹੈ ਓਏ ਕਿਵੇਂ ਹਰਜੀਤ ਆ ਠੀਕ ਐ ਕਰ ਮੈਂ ਤੂੰ ਬੱਸ ਸਰੋਂ ਵੱਢੀ ਜਾਣਾ ਹੈ ਵੱਢਤੀ ਬੱਸ ਓਏ ਕਿਉਂ ਮਿੱਟੀ ਜਿ ਮਿੱਟੀ ਹੋਇਆ ਦੋ ਤੇਰੇ ਕੋਲੇ ਖੋਡਨੇ ਯਾਰ ਠੇਕੇ ਤੇ ਲਾ ਦੇ ਕਰ ਤੇ ਤੂੰ ਬਣਾ ਭਝਾਈ ਨਾਲ ਰੀਲਾਂ ਟਲੇ ਵਾਇਰਲ ਹੋ ਜਾਏਗਾ ਉਹਦੇ ਮੰਗੂ ਨਾਲੇ 4 ਰੁਪਏ ਘਰੇ ਆਇਆ ਕਰਨਗੇ ਤੁਹਾਡੇ ਕਰ ਮੈਂ ਤੂੰ ਕੀ ਕਹੀ ਜਣਾਗਾ ਓਕੇ ਕੀ ਕਹੀ ਜਣਾ ਓਏ ਐ ਮੱਛੀ ਕਾ ਤੋ ਜਣਾ ਮੇਰੀ ਗੱਲ ਸੁਣ ਐ ਮੂੰਹ ਨਾਲਮਕਾ ਓਏ ਤੇਰੀ ਘਰ ਵਾਲੀ ਦੀਆਂ ਵੀਡੀਓ ਦੇਖ ਦੇ ਕੇ ਤਾਂ ਅਸੀਂ ਖੁਸ਼ ਹੁੰਨੇ ਆ ਅਨੇਕਾਂ ਟਕਬੇ ਕਮੈਂਟ ਆਉਂਦੇ ਆ ਥੱਲੇ ਉਹਦੇ ਯਾਰ ਉਹ ਤੂੰ ਤੁਰ ਜਾ ਤੁਰ ਜਾ ਬਸ ਕੰਮ ਕਰ ਲੈ ਆਪਦਾ ਉਹ ਤੁਰ ਜਾ ਉਹ ਤਾਂ ਮੈਂ ਤੁਰ ਜਾ ਨਾ ਨਾਲੇ ਮੇਰੀ ਗੱਲ ਹੋਰ ਸੁਣ ਲੈ ਉਹ ਬਣਾ ਲਿਆ ਕਰੋ ਰੀਲਾਂ ਨਾਲੇ ਚਾਚਾ ਚਾਚੀ ਨੂੰ ਕਹਦੇ ਉਹ ਵੀ ਬਣਾ ਲਿਆ ਕਰਨਗੇ ਵਾਇਰਲ ਹੋ ਜਾਣਗੇ ਹੈ ਉਹਨੂੰ ਤਾਂ ਮੈਂ ਹੀ ਦਿੰਦਾ ਨਾ ਪਤਾ ਜਾ ਕੇ ਨਾ ਸੌਰੀਆ ਚੰਗੇ ਲੱਛਣ ਫੜੇ ਨੇ ਭਾਈ ਤੂੰ ਆ ਮੇਰੀ ਦਾੜੀ 'ਚ ਫੁੱਲ ਪਵਾ ਕੇ ਰੱਖ ਤੇ ਮੈਂ ਸਾਥ 'ਚ ਬੈਠਾ ਸੋਚਦਾ ਵੀ ਲੋਕ ਮੇਰੇ ਕਿਨ ਦੇਖ ਦੇ ਕੇ ਕਹਤਾ ਸੀ ਹਨ ਮੈਂ ਉਹਦੇ ਨਾਲ ਹਰਾਂ ਨਾ ਮੈਂ ਬਾਹਰ ਕਮ ਨਿਕਲੂਗਾ ਭਾਈ ਚਲ ਉਹ ਤਾਂ ਜਿਹੜਾ ਕੁਝ ਕਰੀ ਜਾਂਦੇ ਆ ਕਰੀ ਜਾਂਦੇ ਆ ਆ ਮੁੰਡੇ ਜਿਹਨੂੰ ਸ਼ਰਮ ਆਈ ਇਹਨੂੰ ਚਾਹੀ ਜਾਂਦਾ ਉਹਨੂੰ ਹਾਂ ਉਹ ਮਾਂ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਇਹਨੂੰ 100 ਵਾਰੀ ਲੜ ਹਟਿਆ ਤੇਰੇ ਬਿਨਾ ਕਹੇ ਵੀ ਜੇ ਮਾਂ ਵਰਗੇ ਨੂੰ ਪਤਾ ਲੱਗ ਗਿਆ ਘਰ ਪਟਿਆ ਜਾਊਗਾ ਇਹਨੇ ਮੈਨੂੰ ਕੀ ਪਤਾ ਮੈਨੂੰ ਤਾਂ ਨਾ ਤੇਰੀਆਂ ਵੀ ਮੈਨੂੰ ਬਲਾਕ ਕਰ ਦਿੱਤਾ ਤੂੰ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਲੋਕ ਦੱਸਦੇ ਨੇ ਮੈਨੂੰ ਸਾਰਾ ਕੁਝ ਆ ਕੇ ਤੇਰਾ ਵੀਡੀਓ ਦਿਖਾਉਂਦੇ ਨੇ ਬੇਤਾ ਕਹਿੰਦੀ ਪਤਾ ਹੈਗਾ ਉਹਨੂੰ ਸਾਰਾ ਕੁਝ ਕਿੱਥੇ ਪਤਾ ਹੈਗਾ ਰੋਜ਼ ਦਾ ਕਲੇਸ਼ ਪਿੰਦਾ ਸੁਣੂ ਨਹੀਂ ਪਤਾ ਲੱਗਦਾ ਜੋ ਤੂੰ ਰੋਜ਼ ਕਹਿੰਦੀ ਤੇਰੇ ਮੂੰਹ ਨੂੰ ਕਿ ਹੋਇਆ ਪਿਆ ਉੱਡਿਆ ਪਿਆਗਾ ਇਹਦੀ ਚਿੰਤਾ ਖੰਦੀ ਬਰਬੜ ਫੇ ਤੂੰ ਦੱਸ ਦਿੰਦਾ ਭਾਈ ਸਾਨੂੰ ਉਹ ਬਾਪੂ ਕਲੇਸ਼ ਤੋਂ ਡਰਦਾ ਸੀ ਕਲੇਸ਼ ਤੋਂ ਡਰੇ ਕਿਹੜਾ ਮੰਦੀ ਸੀ ਫਿਰ ਹੁਣ ਨਹੀਂ ਪਤਾ ਲੱਗਿਆ ਪਤਾ ਤਾਂ ਲੱਗ ਗਿਆ ਹੀ ਐ ਜੇ ਤੂੰ ਉਹ ਦਿਨ ਦੱਸ ਦਿੰਦਾ ਉਹਦੀ ਕੋਈ ਹੱਲ ਬਣ ਜਾਂਦਾ ਕੰਜਰਾ ਆ ਲੋਕਾਂ ਤੱਕ ਤਾਂ ਨਾ ਗੱਲ ਪਹੁੰਚਦੀ ਹੁਣ ਦੁਨੀਆ ਚ ਸਾਰੀ ਚ ਗੱਲ ਪਹੁੰਚ ਗਈ ਪਿੰਡ ਛੱਡ ਤੇ ਦੇਖੀ ਸਾਨੂੰ ਪਤਾ ਨਾ ਹੈ ਕੀ ਗੱਲ ਪਹੁੰਚ ਗਈ ਮੈਂ ਤਾਂ ਹੈਰਾਨ ਹੋਈ ਐ ਇਹਦੀ ਤਾਂ ਗੱਲ ਵੀ ਨਹੀਂ ਹੈਗੀ ਜਿੱਡੀ ਤੁਸੀਂ ਗੱਲ ਬਣਾ ਰੱਖੀ ਐ ਤੁਹਾਨੂੰ ਪਤਾ ਇੰਸਟਾ ਤੋਂ ਕਿੰਨਾ ਫਾਇਦਾ ਹੋ ਰਿਹਾ ਮੈਨੂੰ ਇੰਨੇ ਮੇਰੇ ਫੈਨ ਬਣ ਗਏ ਨਵੇਂ-ਨਵੇਂ ਮੈਨੂੰ ਸੂਟ ਆਉਂਦੇ ਆ ਪ੍ਰੋਮੋਸ਼ਨਲ ਲਈ ਮੈਂ ਤਾਂ ਇੰਨੇ ਪੈਸੇ ਕਮਾਉਣੀ ਆ ਮੈਥੋਂ ਜਾਬਾ ਦੇ ਨਾਲ ਖਾਲੀ ਲੋਕ ਖੇਤ ਕੰਮ ਨਹੀਂ ਕਰ ਦਿੰਦੇ ਜੀਹਨਾਂ ਦੇ ਉੱਪਰ ਕੱਢਿਆਗਾ ਨਾ ਲੱਖ ਰੁਪ ਕੰਨਿਵੇਂ ਨੂੰ ਫੋਨ ਲੈ ਕੇ ਤਾਂ ਨਹੀਂ ਰੀਲਾਣ ਦੀ ਮਾਂ ਚਲ ਠੀਕ ਆ ਸੁਧਰ ਜਾਏਗੀ ਨਾ ਤੈਨੂੰ ਨਾ ਛਰ ਮਾਈ ਲੱਖ ਰੁਪਏ ਦਾ ਫੋਨ ਲੈ ਕੇ ਦਿੱਤਾ ਹੈ ਹੋਰ ਕਬੀਲਦਾਰੀਆਂ ਨਹੀਂ ਹੈਗੀਆਂ ਅਜੇ ਕਰਮੇ ਦੀ ਬਹੂ ਨਾਲ ਦੱਸ ਕੇ ਜਾਂਦੀ ਸੰਤ ਹਲੇ ਵੀ ਨਹੀਂ ਪਤਾ ਲੱਗਦਾ ਸੀ ਹਲੇ ਵੀ ਪਤਾ ਹੀ ਨਹੀਂ ਕੀ ਕੁਝ ਹੋਈ ਜਾਣਾ ਸੀ ਆਹੀ ਤਾਂ ਗੱਲ ਉਹ ਬੈਤਲ ਨੇ ਅੱਗ ਲਾਈ ਹੈ ਮੋਟੜ ਲੈ ਦੇਖ ਲੈ ਹਲੇ ਤਾਂ ਉਹਨੂੰ ਆਏ ਕਹਿੰਦੀ ਐ ਬੋ ਬੈਤਲ ਨੇ ਅੱਗ ਲਾਈ ਆਗੀ ਚੰਗਾ ਹੋ ਗਿਆ ਦੱਸ ਦੀ ਅੱਗ ਤਾਂ ਸਾਰੇ ਪਿੰਡ ਚ ਲੱਗੀ ਪਈ ਹੈਗੀ ਸਾਰੇ ਪਿੰਡ ਚ ਅੱਗ ਉਹ ਤਾਂ ਹੀ ਮੈਂ ਵੀ ਸੋਚਿਆ ਮੈਂ ਸਹੁਰੇ ਚੁੰਨੀ ਲੈਣੋਂ ਵੀ ਹਟ ਗਈ ਹੁਣ ਮੈਨੂੰ ਕੀ ਪਤਾ ਕੀ ਕਰਦੀ ਫਿਰਦੀ ਐ ਇਹ ਪਾਲੇ ਪਾਲੇ ਰੀਲਾਂ ਕੋਈ ਗੱਲ ਨਹੀਂ ਛੁੱਟੇ ਦੇ ਪਾਲੇ ਫਿਰ ਮੈਂ ਹੁਣ ਬੈਠਿਆ ਬੀਬਿਆ ਕੋਲ ਕਿਵੇਂ ਬੋਲਾਂ ਮੈਂ ਵੀ ਕਿਹੜੇ ਕੱਪੜੇ ਚ ਪਾਉਂਦੀ ਐਸ ਫਿਰ ਕੀ ਹੋ ਗਿਆ ਲੈ ਹਲੇ ਤਾਂ ਐ ਕਹਿੰਦੀ ਆ ਕਿ ਫੇਰ ਕੀ ਹੋ ਗਿਆ ਹਲੇ ਵੀ ਨਹੀਂ ਸਮਝਦੀ ਮੈਂ ਤਾਂ ਐ ਹੈਰਾਨ ਆ ਵੀ ਹਲੇ ਵੀ ਨਹੀਂ ਸਮਝਦੀ ਇੰਨੀ ਮੱਥਾ ਮਾਰੀ ਕਰੀ ਜਾਂਦਾ ਵੀਰੇ ਇਹ ਨਹੀਂ ਚੱਲਦਾ ਹੁੰਦਾ ਪਿੰਡਾਂ 'ਚ ਕੰਮ ਕੋਈ ਨਹੀਂ ਮਾਂ ਜਦੋਂ ਚੱਲਣ ਲੱਗ ਗਿਆ ਆਪੀ ਲੋਕ ਦੇਖਣ ਲੱਗ ਜਾਣਗੇ ਆਪੀ ਭੁੱਲ ਜਾਣਗੇ ਮੈਂ ਤਾਂ ਕਹਿੰਨੀ ਤੁਸੀਂ ਵੀ ਪਾਇਆ ਕਰੋ ਸਾਰੇ ਜਣੇ ਕਾਊਂਟ ਬਣਾ ਲਓ ਇੰਸਟਾ ਦੇ ਉੱਪਰ ਕੰਬੜੀਏ ਕੰਬੜੀਏ ਨੂੰ ਧੀ ਦਾ ਸੌਰੀ ਦੀ ਇੱਜ਼ਤ ਹੁੰਦੀ ਐ ਤੂੰ ਕਹਿੰਦੀ ਆ ਨਮਾਸ਼ਾਂ ਕਰਦੀ ਫਿਰਦੀ ਐ ਤੂੰ ਕਮਾਲ ਕਰਦੀ ਐ ਜਮੀ ਇੱਜ਼ਤ ਆ ਬਾਪੂ ਕਿ ਦੂਦੀ ਰੋਲੀ ਪੀਏ ਨੇ ਕੰਮ ਤਾਂ ਕੰਮ ਹੁੰਦਾ ਇਹ ਇੱਜ਼ਤ ਵਾਲੀ ਕੀ ਗੱਲ ਹੋ ਗਈ ਹਈ ਹਈ ਬੂ ਬੇ ਰੱਬਾ ਬੇ ਇਹਦੇ ਪੇਕੇ ਨੂੰ ਸੱਦ ਲਾਵੇ ਫੋਨ ਕਰਕੇ ਬੇ ਸੱਦ ਲਾ ਇਹਦੇ ਭਾਈ ਪਰਜਾਈ ਨੂੰ ਫੋਨ ਕਰਕੇ ਮੇਰੇ ਨਾਲ ਫੋਨ ਕਰਨ ਦੀ ਕੀ ਲੋੜ ਹੈ ਇਹ ਕਿਹੜਾ ਕੋਈ ਗਲਤ ਕੰਮ ਹੈ ਹੱਦ ਹੋਈ ਪਈ ਆ ਤੁਹਾਡੀ ਮੇਰੇ ਸਾਡੇ ਵਾਸਤੇ ਤਾਂ ਗਲਤ ਹੈ ਬਸ ਤੈਨੂੰ ਇੱਕ ਵਾਰੀ ਕਹਿੰਦੀ ਅੱਖਾਂ ਦਿੱਤੀ ਨੇ ਹੱਥ ਦਿੱਤੇ ਨੇ ਆ ਕਪੜਾ ਦੀ ਰਸੌਲਾ ਕੋਈ ਜੇ ਕਮਾਈ ਵੀ ਕਰਨੀ ਹੈ ਕਾ ਫੋਨਾਂ ਤੇ ਜੜਕੀ ਕਮਾਈ ਕਰੇਂਗੀ ਤੂੰ ਕੋਈ ਨਹੀਂ ਬਾਪੂ ਜੀ ਜੇ ਇੰਨੀ ਤਕਲੀਫ ਆ ਨਾ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਤਾਂ ਕੋਈ ਨਹੀਂ ਤਲਾਕ ਦੇ ਦਿਓ ਮੈਨੂੰ ਪਰ ਮੈਂ ਰੀਲਾ ਬਣਾਉਣੀਆਂ ਲਈ ਛੱਡਦੀ ਸੁਣ ਗਿਆ ਦੇਖ ਇਹ ਤੇ ਪਾਈ ਨੂੰ ਫੋਨ ਕਰ ਓਏ ਕਰ ਮੈਂ ਕਰਦਾ ਮੈਂ ਦਵਾਉਣਾ ਨੂੰ ਤਲਾਕ ਤਾਂ ਜਮਈ ਸਿਰੇ ਚੜਦੀ ਜਾਂਦੀ ਐ ਹੈਲੋ ਤਾਂ ਚੱਲ ਪਾਈ ਸ਼ਾਵਾਚੇ ਤੁਸੀਂ ਇੱਕ ਫੋਨ ਤੇ ਸਾਡੇ ਭੱਜੇ ਆਏ ਆ ਬੈਠੇ ਸੋਡੀ ਕੁੜੀ ਪੁੱਛ ਲੋ ਪਾਈ ਇਹਨੂੰ ਕੀ ਚਾਹੁੰਦੀ ਐ ਦੇਖ ਇੱਜ਼ਤਦਾਰਾਂ ਦੇ 3 ਪੁੱਤਾਂ ਨੂੰ ਇਹ ਜਿਹੀ ਗੱਲਾਂ ਨਹੀਂ ਸੋਹਂਦੀਆਂ ਜਿਹੜੀਆਂ ਇਹ ਕਰਦੀ ਐ ਭਾਈ ਦੱਸ ਭਾਈ ਕੁੜੀਏ ਤੂੰ ਕਾਦੇ ਵਾਸਤੇ ਮੋਬਾਈਲ ਦੇ ਉੱਤੇ ਵੀਡੀਓ ਅਪਲੋਡ ਕਰਤੀਆਂ ਬਿਨਾ ਪੁੱਛੇ ਵੀਰੇ ਹੱਦ ਹੋ ਗਈ ਪਹਿਲਾਂ ਕਿਹੜਾ ਮੈਂ ਕਦੇ ਫੋਨ ਨਹੀਂ ਚਲਾਇਆ ਮੇਰੀ ਤਾਂ ਭਾਬੀ ਵੀਡੀਓ ਇੰਨੀ ਵਾਇਰਲ ਹੋ ਗਈ ਸੀ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਮੈਂ ਫਿਰ ਸੋਚਿਆ ਜਦੋਂ ਮੇਰੀ ਇੱਕ ਵੀਡੀਓ ਵਾਇਰਲ ਹੋ ਗਈ ਲੋਕ ਮੈਨੂੰ ਪਿਆਰ ਕਰਦੇ ਨੇ ਮੈਂ ਫੇਮਸ ਹੋ ਜਾਈ ਨਹੀਂ ਆ ਮੈਂ ਹੋਰ ਵੀਡੀਓਜ਼ ਪਾਤੀਆਂ ਇਹ ਚ ਗਲਤ ਕੀ ਕੀਤਾ ਮੈਂ ਅੰਜਲੀ ਗੱਲ ਬੋਲਣ ਤੋਂ ਪਹਿਲਾਂ ਨਾ ਮਾੜਾ ਮੋਟਾ ਸੋਚ ਲਿਆ ਕਰ ਆ ਤੇਰੇ ਵੀਰੇ ਦੀ ਨਾ ਐਸ ਕਰੇ ਤਾਂ ਨੀ ਮੇ ਪਵਾਤੀ ਕਿਉਂ ਤੂੰ ਇਹੋ ਜਿਹੇ ਕੰਮਾਂ ਤੇ ਉਤਰੀਆਂ ਤੜਕੇ ਜਦੋਂ ਮੈਂ ਗੁਰਦੁਆਰਾ ਸਾਹਿਬ ਗਈ ਨਾ ਉੱਥੇ ਚਾਰ ਜਾਣੀਆਂ ਨੇ ਮੈਨੂੰ ਘੇਰ ਲਿਆ ਕਹਿੰਦੀ ਆ ਦੇਖ ਥੋਡੀ ਅੰਜਲੀ ਕੀ ਕਰਤੂਤਾਂ ਕਰਦੀ ਆ ਅਗਲਾ ਇਥੋਂ ਬੋਲਦਾਗਾ ਮਾੜਾ ਮੋਟਾ ਤਾਂ ਤੂੰ ਸੋਚ ਵੀ ਸਾਡੀ ਪਰਵਰੇ ਸ਼ਹਿਜੀ ਸੀ ਵੀ ਜਿਹੜਾ ਤੂੰ ਇਹੋ ਜਿਹਾ ਕੁਝ ਕਰੇਂਗੀ ਨਹੀਂ ਭਾਬੀ ਇਹੋ ਜੀ ਕੋਈ ਗੱਲ ਨਹੀਂ ਉਹ ਤਾਂ ਮੱਚਦੇ ਨੇ ਉਹ ਕਹਿੰਦੇ ਨੇ ਨਾ ਜਿੰਨੇ ਮੂੰਹ ਔਨੀਆਂ ਗੱਲਾਂ ਮੇਰੀ ਕਾਮਯਾਬੀ ਤੇ ਸਾਰੇ ਮੱਚਦੇ ਨੇ ਕਾਮਯਾਬੀ ਨੂੰ ਕਿਹੜਾ ਤਾਂ ਗੁੱਟੀਆਂ ਲੈ ਲੀਆਂ ਇਹ ਤੂੰ ਕਿਉਂ ਐਵੇਂ ਬਗਵਾਸ ਮਾਰੀ ਜਾਨੀ ਹੈਗੀ ਪਤਾ ਸਾਰੇ ਇਹ ਕਹਿਣਗੇ ਵੀ ਇਹਦੇ ਮਾਪਿਓ ਨਹੀਂ ਸੀ ਖਣੀ ਇਹਦੀ ਭਾਬੀ ਨੇ ਇਹਨੂੰ ਇਹੋ ਜਿਹਾ ਸੰਸਕਾਰ ਦੇ ਕੇ ਤੋਰਿਆ ਪਰ ਮੈਂ ਤਾਂ ਕਦੇ ਤੈਨੂੰ ਇਹੋ ਜਿਹਾ ਕੁਝ ਨਹੀਂ ਸਿਖਾਇਆ ਸੀ ਮੇਰੀ ਗੱਲ ਸੁਣ ਲੈ ਕੁੜੀਏ ਚੱਲ ਜੋ ਗੱਲਾਂ ਹੋ ਗਈਆਂ ਉਹ ਠੀਕ ਐ ਚੱਕ ਲਿਆ ਫੋਨ ਆਵਦਾ ਲਿਆ ਕੇ ਸਾਰਿਆਂ ਦੇ ਸਾਹਮਣੇ ਉਹ ਵੀਡੀਓ ਡਿਲੀਟ ਕਰ ਦੇ ਕੋਈ ਗੱਲ ਨਹੀਂ ਤੈਨੂੰ ਸਾਰੇ ਮਾਫ ਕਰ ਦੇਣਗੇ ਹਾਂ ਸਾਰਾ ਕੁਝ ਡਿਲੀਟ ਕਰ ਦੇ ਇਤੋਂ ਬਾਅਦ ਦੇ ਵਿੱਚ ਇਹ ਜੀ ਤੇ ਇਥੋਂ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਨਾਲੇ ਆਪਦੀ ਮਾਂ ਵਰਗੇ ਤੋਂ ਮਾਫੀ ਮੰਗੇ ਇਸ ਗੱਲ ਦੀ ਕਿਹੜੀ ਮਾਫੀ ਭਾਬੀ ਮੇਰੀ ਗੱਲ ਸੁਣ ਲੋ ਅੱਜ ਸੁਣ ਲੋ ਚਾਹੇ ਕੱਲ ਸੁਣ ਲੋ ਮੈਂ ਨਹੀਂ ਰੀਲਾ ਬਣਾਉਣਾ ਹਟਦੀ ਤੇ ਤਲਾਕ ਹੁੰਦਾ ਤਾਂ ਹੋ ਜੇ ਸ਼ਾਬਾਸ਼ ਏ ਕੁੜੀਏ ਤੇਰੇ ਜੇ ਤੂੰ ਅੱਜ ਸਾਡੀ ਗੱਲ ਨਾ ਨਾ ਮੰਨੀ ਤਾਂ ਐਂ ਸੋਚ ਲਈ ਅਸੀਂ ਤੇਰੇ ਖਾਤਰ ਮਰ ਗਏ ਤਲਾਕ ਦੇ ਕੇ ਕਿੱਥੇ ਜਾਏਂਗੀ ਤੂੰ ਕਿੱਥੇ ਜਾਉਂਗੀ ਕੀ ਮਤਲਬ ਤੁਹਾਡੇ ਕੋਲ ਆਉਣਾ ਮੇਰੇ ਮਾਪਿਆਂ ਦਾ ਘਰ ਆ ਨਾਲੇ ਭਾਬੀ ਤੁਸੀਂ ਇੱਥੇ ਆ ਕੇ ਇਹਨਾਂ ਨੂੰ ਤਾਂ ਕੀ ਸਮਝਾਉਣਾ ਸੀ ਮੈਨੂੰ ਸਮਝਾਉਣ ਲੱਗ ਗਏ ਨਾਲੇ ਇਹ ਸਭ ਕੱਪੜੇ ਤਾਂ ਮੈਂ ਕੁਵਾਰੀ ਹੁੰਦੀ ਵੀ ਪਾਉਂਦੀ ਸੀ ਉਹ ਤਾਂ ਮੈਨੂੰ ਕਿਸੇ ਨੇ ਨਹੀਂ ਰੋਕਿਆ ਓਏ ਉਦੋਂ ਕਮਲੀਏ ਤੂੰ ਨਿਆਣੀ ਸੀ ਤਾਂ ਨਹੀਂ ਤੈਨੂੰ ਕੁਝ ਕਹਿੰਦੇ ਸੀ ਜਦੋਂ ਧੀ ਪੁੱਤ ਵਿਆਹਿਆ ਜਾਵੇ ਨਾ ਫਿਰ ਉਹਨੂੰ ਆਪਦੇ ਸਹੁਰੇ ਪਰਿਵਾਰ ਦੀ ਮਰਜ਼ੀ ਨਾਲ ਹੀ ਚੱਲਣਾ ਪੈਂਦਾ ਹੁੰਦਾ ਸਹੀ ਕਹਿੰਦਾ ਅੰਜਲੀ ਤੇਰਾ ਵੀਰਾ ਕਿਉਂ ਕਮਲੀ ਹੋਈਆਂ ਐ ਏਡੀ ਸਿਆਣੀ ਤੂੰ ਕੁੜੀ ਹੈਗੀ ਨਾਲੇ ਤਾਂ ਕਮਲੀਏ ਤੇਰੇ ਪੇਕੇ ਪਿੰਡ 'ਚ ਤੇਰੀ ਬਦਨਾਮੀ ਹੋ ਜਾਂਦੀ ਆ ਨਾਲੇ ਸਹੁਰਿਆਂ 'ਚ ਸਾਰਿਆਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈਗਾ ਹਜੇ ਵੀ ਸਾਡੀ ਗੱਲ ਮੰਨ ਲੈ ਕਿਉਂ ਐਵੇਂ ਜਿੱਦ ਤੇੜੀ ਐ ਭੈਣੇ ਸੇਮੀ ਨੇ ਉਹ ਕਿ ਮੈਨੂੰ ਸਮਝਾਉਂਦੇ ਨੇ ਇਹਨੂੰ ਇਹ ਮੰਨਦੀ ਨਹੀਂ ਆਪਦੀ ਜਿੱਤੜੀ ਖੜੀ ਹੈਗੀ ਜਦੋਂ ਵੀਰੇ ਆਪਾਂ ਮਾਮੇ ਦੀ ਕੁੜੀ ਦੇ ਵਿਆਹ ਤੇ ਗਏ ਨਾ ਉਦੋਂ ਵੀ ਇਹਦੀ ਕੋਈ ਵੀਡੀਓ ਵੀਡੀਓ ਵਾਇਰਲ ਹੋਈ ਹੈਗੀ ਉਹ ਆਉਂਦੀ ਇਹ ਰੀਲਾਂ ਪਾਈ ਜਾਂਦੀਆਂ ਮੈਂ ਇਹਦੇ ਪੈਰੀ ਹੱਥ ਲਾਤੇ ਇਹਨੂੰ ਸਵਾ ਲੱਖ ਦਾ ਮੈਂ ਫੋਨ ਲੈ ਕੇ ਦਿੱਤਾ ਕਹਿੰਦੀ ਮੈਂ ਹਟ ਜੂੰਗੀ ਪਰ ਕਿੱਥੇ ਹਟਦੀ ਆ ਮੈਂ ਆ ਉਹਦੇ ਮਾਪਿਆਂ ਤੋਂ ਚੋਰੀਆਂ ਫੋਨ ਲੈ ਕੇ ਤਾਂ ਮਾਪਿਆਂ ਨੂੰ ਦੱਸਿਆ ਨਹੀਂ ਗਾ ਤੇ ਸਾਰੇ ਪਿੰਡ 'ਚ ਮੇਰੀ へਠੀ ਹੋ ਰਹੀ ਹੈਗੀ ਠੀਕ ਆ ਚੱਲ ਮੰਨਦਾ ਮੈਂ ਰੀਲਾਂ ਪਾਲੇ ਪੂਰੇ ਕੱਪੜੇ ਪਾਲੇ ਕੀ ਮਤਲਬ ਅੱਧੇ ਕੱਪੜੇ ਪਾ ਕੇ ਵੀਡੀਓ ਬਣਾਉਂਦੀ ਹੈਗੀ ਕੋ ਇਹੇ ਜੇ ਇਸ ਘਰ ਦੇ ਵਿੱਚ ਰਹੂਗੀ ਜਾਂ ਸਾਡੇ ਕੋਲੇ ਰਹੂਗੀ ਤਾਂ ਇਹ ਸਾਰੀਆਂ ਵੀਡੀਓ ਡਿਲੀਟ ਕਰਕੇ ਰਹੂਗੀ। ਵੀਰੇ ਕੀ ਗੱਲ ਕਰੀ ਜਾਂਦੇ ਤੁਸੀਂ ਇਹ ਤਾਂ ਚੱਲ ਘੱਟ ਪੜੇ ਲਿਖਨੇ ਤੁਸੀਂ ਤਾਂ ਪੜੇ ਨਹੀਂ ਕਿਉਂ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਕੱਲ ਉਹ ਸੌਰੀਏ ਐਨੇ ਵੀ ਘੱਟ ਨਹੀਂ ਪੜਿਆ ਸੀ ਵੀ ਸਾਨੂੰ ਦੁਨੀਆਦਾਰੀ ਦਾ ਪਤਾ ਨਹੀਂ ਆਹ ਲੋਕ ਨਾ ਘਰੇ ਆ ਕੇ ਦੱਸਦੇ ਨੇ ਸਾਨੂੰ ਵੀ ਤੁਹਾਡੀ ਬਹੂ ਆਹ ਵੀਡੀਓ ਬਣਾਉਂਦੀ ਐ। ਹੋ ਬਾਪੂ ਜੀ ਉਹ ਤਾਂ ਮੇਰੀ ਕਾਮਯਾਬੀ ਤੋਂ ਮੱਚਦੇ ਨੇ। ਚੁੱਪ ਕਰਾਂਗੇ ਅੰਜਲੀ। ਕਿਉਂ ਤੂੰ ਬੋਲੀ ਜਾਨੀ ਤੈਨੂੰ ਕਿਸੇ ਵੱਡੇ ਛੋਟੇ ਦੀ ਲਿਹਾਜ਼ ਹੀ ਨਹੀਂ ਹੈਗੀ ਨਾ ਤੈਨੂੰ ਆਇਆ ਵੀ ਤੇਰਾ ਭਰਾ ਆਇਆ ਬੈਠਾਗਾ ਤੂੰ ਚਾਪਰ ਚਾਪਰ ਬੋਲੀ ਜਾਨੀ ਹੈਗੀ ਜਿਹੜੀ ਗੱਲ ਕਹੀ ਹੈ ਤੇਰੇ ਵੀਰੇ ਨੇ ਚੁੱਪ ਕਰਕੇ ਫੋਨ ਲਿਆ ਕੇ ਸਾਰੀਆਂ ਵੀਡੀਓ ਡਿਲੀਟ ਕਰ ਦੇ ਲੱਗੀ ਹੈਗੀ ਮੈਂ ਤਲਾਕ ਦਿਆਂ ਫਲਾਣਾ ਦਿਆਂਗੀ ਤਲਾਕ ਦੇ ਕੇ ਕਿੱਥੇ ਜਾਏਂਗੀ ਬੜੀ ਤੂੰ ਘਰੇ ਬਦਨਾਮੀ ਤੋਂ ਉੱਥੇ ਤੱਕ ਰਾ ਰੱਖੀ ਹੈਗੀ ਇਹ ਕੀ ਮਤਲਬ ਹੋਇਆ ਵੀ ਵੀਡੀਓ ਪਾਉਣੀ ਆ ਤੂੰ ਢਾਕਾ ਲੰਗੀਆਂ ਕਰ ਕਰ ਕੀ ਨੂੰ ਤਕਾਉਣੀ ਹੈਗੀ ਵੀਡੀਓ ਆ ਗਈ ਬੰਦਾ ਸਿੰਪਲ ਸੂਟ ਦੇ ਵਿੱਚ ਪਾ ਦੇ ਕੀ ਵੀਡੀਓ ਨਹੀਂ ਬਣਦੀਆਂ ਮੰਨਿਆ ਚਲ ਕੋਈ ਰੀਲ ਪਾਉਣੀ ਹੈਗੀ ਕਿਸੇ ਗੱਲ ਦਾ ਸ਼ੌਂਕ ਹੁੰਦਾ ਹੈ ਇਹ ਕੀ ਮਤਲਬ ਹੋਇਆ ਵੀ ਆਪਾਂ ਅੱਧੇ ਕੱਪੜੇ ਪਾ ਕੇ ਵੀਡੀਓ ਪਾਉਣੀ ਹੈ ਇਹ ਕਿੱਥੋਂ ਸਿੱਖੀ ਆ ਤੂੰ ਸ਼ਾਬਾਸ਼ ਏ ਪੁੱਤ ਜੇ ਮਾੜਾ ਮੋਟਾ ਤੂੰ ਕਹੇਂਗੀ ਤੇਰੇ ਅੱਖੇ ਤਾਂ ਆਪਾਂ ਮਾਹੀ ਸੋਦਰ ਜੇ ਸਾਨੂੰ ਤਾਂ ਇਹ ਬੋਲਣ ਨਹੀਂ ਦਿੰਦੀ ਸਗੋਂ ਮੂਹਰੋਂ ਮੱਤਾਂ ਦਿੰਦੀ ਐ ਸੋਨ ਤਾਂ ਕਹਿੰਦੀ ਕਾਸੇ ਦਾ ਪਤਾ ਹੀ ਨਹੀਂ ਹੈਗਾ ਲੈ ਦੱਸ ਕਿਵੇਂ ਬਾਹਰ ਨਿਕਲੀਏ ਭਾਈ ਅਸੀਂ ਸਾਡਾ ਵੀ ਜਉਣਾ ਦੁੱਬਰ ਕੀਤਾ ਪਏ ਕੋਈ ਗੱਲ ਨਹੀਂ ਮਾਸੀ ਜੀ ਇਹਦੇ ਵੱਲੋਂ ਅਸੀਂ ਮਾਫੀ ਮੰਗਦੇ ਹਾਂ ਇਹ ਹੁਣੀ ਵੀਡੀਓ ਡਿਲੀਟ ਕਰ ਦਊਗੀ ਠੀਕ ਐ ਭਾਬੀ ਠੀਕ ਐ ਵੀਰੇ ਸੌਰੀ ਮੰਮੀ ਸੌਰੀ ਵੀਰੇ ਮੈਂ ਮੰਨਦੀ ਆ ਮੇਰੇ ਤੋਂ ਗਲਤੀ ਹੋਈ ਆ ਉਹ ਨਾ ਅਸਲ 'ਚ ਉਹਦੇ ਇੱਕ ਮੇਰੀ ਵੀਡੀਓ ਕਿ ਵਾਇਰਲ ਹੋ ਗਈ ਮੇਰੇ ਦਿਮਾਗ ਤੇ ਉਹ ਚੀਜ਼ ਹੀ ਚੜ ਗਈ ਵੀ ਨਹੀਂ ਨਹੀਂ ਵੀ ਹੁਣ ਤਾਂ ਮੈਂ ਕਾਮਯਾਬੀ ਲੈਣੀ ਆ ਜੋ ਜੋ ਵੀ ਸੀ ਉਹ ਸਭ ਚਲ ਠੀਕ ਆ ਅੱਗੇ ਤੋਂ ਨਹੀਂ ਮਰੀਲਾ ਪਾਉਂਦੀ ਫਿਰ ਕਾਮਯਾਬੀ ਲੈਣੀ ਆ ਇਹ ਤਾਂ ਨਹੀਂ ਉਹ ਕਹਿੰਦੇ ਕਾਮਯਾਬੀ ਵਾਲੇ ਵੀ ਤੁਸੀਂ ਅਧੇ ਕੱਪੜੇ ਪਾ ਕੇ ਵੀਡੀਓ ਬਣਾਓ ਇਹ ਕਿਨੇ ਤੇਰੇ ਦਿਮਾਗ 'ਚ ਭਰਤਾ ਇਹ ਤੂੰ ਐ ਪੁੱਛੋ ਕਿਹੜਾ ਤਗਮਾ ਮਿਲ ਗਿਆ ਤੈਨੂੰ ਹਰ ਇੱਕ ਸੌਂਗ ਪੂਰੇ ਕੀਤੇ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਵੀਡੀਓ ਕੱਲੀ ਵੀ ਆਪਣ ਆਪਣੇ ਘਰੇ ਰਹਿੰਦੀ ਹੈਗੀ ਤੇ ਬਾਈ ਕੋਲੇ ਜਾਂਦੀ ਹੋਈ ਇਹਨੂੰ ਪੁੱਸ ਵੀ ਕੀ ਬੀਤਦੀ ਹੋਏ ਤੈਨੂੰ ਸੋਚਣਾ ਚਾਹੀਦਾ ਹੈ ਬਾਈ ਵੀ ਦੇਖ ਮੈਨੂੰ ਐਨਾ ਚੰਗਾ ਪਰਿਵਾਰ ਮਿਲਿਆ ਜਿਹੜਾ ਮੈਨੂੰ ਕਿਸੇ ਚੀਜ਼ ਤੋਂ ਨਹੀਂ ਟੋਕਦਾ ਰੋਕਦਾ ਪਰ ਤੂੰ ਫਿਰ ਵੀ ਸਾਡੀ ਤੇ ਇਹਨਾਂ ਦੀ ਬੇਇੱਜ਼ਤੀ ਕਰਾ ਕੇ ਰੱਖਤੀ ਹਜੇ ਵੀ ਸੋਚ ਲੈ ਹਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਜਾਂ ਆਪਦਾ ਫੋਨ ਚੱਕ ਲਿਆ ਲਿਆ ਕੇ ਸਾਰੀਆਂ ਵੀਡੀਓ ਡਿਲੀਟ ਕਰ ਦੇ ਭੈਣ ਬਣ ਕੇ ਨਾਲੇ ਜੀ ਇਹਦਾ ਕੱਲੀ ਦਾ ਕਸੂਰ ਨਹੀਂ ਇਹਦੇ ਨਾਲ ਦੀਆਂ ਬਹੁਤ ਕੁੜੀਆਂ ਨੇ ਗਈਆਂ ਜਿਹੜੀਆਂ ਆਪਦੇ ਮਾੜੀ ਜੀ ਗੱਲ ਪਿੱਛੇ ਘਰ ਖਰਾਬ ਕਰ ਲੈਂਦੀਆਂ ਨੇ ਬਾਕੀ ਇੱਕ ਗੱਲ ਹੋਰ ਸੋਸ਼ਲ ਮੀਡੀਆ ਤੇ ਨਾ ਇੱਕ ਦੂਜੇ ਦੇ ਮਗਰ ਲੱਗ ਕੀ ਆਪ ਦੀ ਬਦਨਾਮੀ ਕਰਾਈ ਜਾਂਦੇ ਗਾ ਨੇ ਬਸ ਉਹਨਾਂ ਨੂੰ ਇਹ ਹੈਗਾ ਵੀ ਬਸ ਜੇ ਤਾਂ ਅਸੀਂ ਸੂਟ ਪਾ ਕੇ ਵੀਡੀਓ ਬਣਾਵਾਂਗੇ ਤਾਂ ਤਾਂ ਸਾਡੀ ਵਾਇਰਲ ਨਹੀਂ ਹੁੰਦੀ ਵੀ ਬਸ ਅਸੀਂ ਅੱਧੇ ਬਚਦੇ ਕੱਪੜੇ ਪਾ ਕੇ ਵੀਡੀਓ ਬਣਾਈਏ ਕਿਸੇ ਨੇਟ ਤੇ ਦਿਖਾਤਾ ਕਿਸੇ ਨੇ ਇਲਾਕਾ ਦਿਖਾਤਾ ਵੀ ਉਹਦੇ ਨਾਲ ਅਸੀਂ ਵਾਇਰਲ ਹੋ ਜਾਈਏ ਉਹੀ ਇਹਦੇ ਦਿਮਾਗ ਦੇ ਵਿੱਚ ਭਰ ਗਿਆ ਕਸੂਰ ਇਹਦਾ ਵੀ ਨਹੀਂ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਨੇ ਜਿਹੜਿਆ ਨੇ ਆ ਕਰਕੇ ਆਪਦੇ ਰਿਸ਼ਤੇ ਖਰਾਬ ਕਰਲੇ ਤਲਾਕ ਦੇ ਦੇ ਬੈ ਗਈਆਂ ਵੀ ਅਸੀਂ ਰੀਲਾਂ ਬਣਾਉਣੀਆਂ ਨਹੀਂ ਛੱਡਦੀਆਂ ਜੇ ਵੀ ਵਾਸਤਾ ਤਲਾਕ ਦੇ ਦਾਂਗੀ ਆ ਇਹਦਾ ਕੱਲੀ ਦਾ ਕਸੂਰ ਨਹੀਂ ਹੈਗਾ ਬਹੁਤ ਪਰਿਵਾਰ ਕੱਲੀਓ ਮਨਜ਼ੂਰ ਹੋਵੇ ਚਲੋ ਸਾਰੀਆਂ ਗੱਲਾਂ ਹੁੰਦੀਆਂ ਨੇ ਜਦੋਂ ਪਰਿਵਾਰ ਨੂੰ ਨਹੀਂ ਮਨਜ਼ੂਰ ਹੈਗਾ ਫਿਰ ਕਾਦੇ ਵਾਸਤੇ ਉਹਨਾਂ ਤੋਂ ਉਤੋਂ ਦੀ ਹੋ ਕੇ ਥੋੜੀ ਵੀ ਕੋਈ ਵੀ ਗਲਤੀ ਕਰੀਦੀ ਹੁੰਦੀ ਹੈ ਸਹੀ ਗੱਲ ਹੈ ਇਹ ਕੱਲੀ ਅਸੀਂ ਇਹਨੂੰ ਨਹੀਂ ਸਮਝਾਉਂਦੇ ਜੀ ਸਾਰੀਆਂ ਮੇਰੀਆਂ ਭੈਣਾਂ ਅੱਗੇ ਸਾਰੀਆਂ ਬੀਬੀਆਂ ਅੱਗੇ ਇਹ ਬੇਨਤੀ ਹੈ ਵੀ ਜੇ ਆਪਣਾ ਪਰਿਵਾਰ ਨਹੀਂ ਸਹਿਮਤ ਹੈਗਾ ਤਾਂ ਆਪਾਂ ਨੂੰ ਰੀਲਾਂ ਬਣਾਉਣੀਆਂ ਨਹੀਂ ਚਾਹੀਦੀਆਂ ਹਾਂ ਰੀਲਾਂ ਬਣਾਓ ਪਰਿਵਾਰ ਕਰੀਲਾ ਵੀ ਬਣ ਸਕਦੀਆਂ ਨੇ ਤੇ ਪਰਿਵਾਰਕ ਵੀਡੀਓ ਵੀ ਬਣ ਸਕਦੀਆਂ ਨੇ ਪਰ ਇਹ ਨਹੀਂ ਕਿ ਆਪਾਂ ਗੰਦ ਪਾ ਕੇ ਵਾਇਰਲ ਹੋਣਾਗਾ ਜੇ ਆਪਣੀ ਕਿਸਮਤ ਦੇ ਵਿੱਚ ਰੱਬ ਨੇ ਕਾਮਯਾਬੀ ਲਿਖੀ ਹੈ ਤਾਂ ਆਪਾਂ ਚੰਗਾ ਕੰਮ ਕਰਕੇ ਵੀ ਕਾਮਯਾਬ ਹੋ ਸਕਦੇ ਆ ਜਰੂਰੀ ਨਹੀਂ ਵੀ ਆਪਾਂ ਕਿਸੇ ਨੂੰ ਬਸ ਭਾਈ ਨੰਗੇ ਚਿੱਟੇ ਹੋ ਕੇ ਦਿਖਾਉਣਾ ਤੇ ਫੇਰ ਹੀ ਆਪਣੀਆਂ ਵੀਡੀਓ ਵਾਇਰਲ ਹੋਣੀਆਂ ਨੇ ਸਾਡੀ ਕੁੜੀ ਤਾਂ ਸੁਧਰ ਗਈ ਹੈ ਬਾਕੀ ਜਿਹੜੀਆਂ ਮੇਗਾਂ ਭੈਣਾਂ ਨੇ ਕਰ ਇਸ ਦਾ ਕਰਕੇ ਕਲੇਸ਼ ਪਿਆ ਹੋਇਆ ਉਹ ਮਾੜਾ ਜਿਹਾ ਜ਼ਰੂਰ ਧਿਆਨ ਦਿਓ ਵਾਕੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਦੇ ਜੀ ਧੰਨਵਾਦ ਸਤਿ ਸ੍ਰੀ ਅਕਾਲ